ਨਾਨ ਵੀਰੋ ਦੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ 'ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਨੇ ਆ ਅੱਜ ਵੀ ਅਸੀਂ ਉਹ ਮਠਾ ਸਿੰਘ ਜੀ ਹੈਗੇ ਹੋਂ ਉਹ ਬੱਲੇ 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 ਤੇਜ ਪਾ ਜੈ ਜੈ ਮਠਾ ਸਿੰਘ ਜੀ ਜੈ 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 ਹਿੰਦੀ ਸਾਹਿਬ ਲਿਆਉਂਦੇ ਨਾਲ ਡਾਕਟਰ ਸਾਹਿਬ ਜੈ ਹਿੰਦੀ ਡਾਕਟਰ ਸਾਹਿਬ ਲਾਈਟ ਲਾਈਟ ਲਿਆਉਂਦੇ ਨਾਲ ਆਪਾਂ ਕੀ ਬਾਤ ਆ ਕੀ ਬਾਤ ਆ ਜੈ ਜੀ ਹਾਂ ਬਹੁਤ ਚੰਗਾ ਕਰਦੇ ਆ ਤੁਸੀਂ ਹਾਂ ਚੰਗਾ ਕੀਤਾ ਡਾਕਟਰ ਸਾਹਿਬ ਦੀ ਗੱਡੀ ਆਉਂਦੀ ਸੀ ਧੂਣਾ ਪਟਦੀ ਅੱਛਾ ਮੈਂ ਫੇ ਉੱਥੋਂ ਦੇਖਿਆ ਮੈਂ ਕਿਹਾ ਡਾਕਟਰ ਸਾਹਿਬ ਆਉਂਦੇ ਹੋਣੇ ਆ ਮੈਂ ਫੇ ਇੱਥੇ ਆ ਲੰਬੜਾਂ ਕੀ ਮੋਟਰ ਲੱਗ ਕੇ ਮੈਂ ਲਾਤਾ ਹੱਥ ਅੱਛਾ ਨਾ ਜਾ ਰੁਕੋ ਮੈਨੂੰ ਵੀ ਲੈ ਕੇ ਜਾਓ ਮੈਂ ਵੀ ਉੱਥੇ ਹੀ ਜਾਣਾ ਮੈਂ ਪੁੱਛਣ ਲੱਗਾ ਸੀ ਤੁਸੀਂ ਫੇ ਗੱਡੀ ਮਗਰ ਕੇ ਧੂੜ ਮਗਰ ਗੱਡੀ ਤਾਂ ਤਾਂ ਧੂੜ ਤੋਂ ਮੋਰੇ ਅਸੀਂ ਵੀ ਸੋਚਿਆ ਸਾਨੂੰ ਰਸਤੇ ਦਾ ਦੱਸਣਗੇ ਸੀ ਸੌਖੇ ਆ ਜਾਵਾਂਗੇ ਹਾਂ ਨਹੀਂ ਚੰਗਾ ਕੀਤਾ ਦੇਖੋ ਗੱਲ ਹੀ ਹੁੰਦੀ ਆ ਡਾਕਟਰ ਸਾਹਿਬ ਜੀ ਕਈ ਜੇ ਚੀਜ਼ ਦਾ ਨਾਮ ਪਤਾ ਹੋਵੇ ਤੇ ਪੁੱਛ ਲੈਣੀ ਚਾਹੀਦੀ ਬਿਲਕੁਲ ਬਿਲਕੁਲ ਪੁੱਛਣ ਤੇ ਬੰਦੇ ਦਾ ਕੱਦ ਘਟਦਾ ਨਹੀਂ ਵਧਦਾ ਬਿਲਕੁਲ ਜੀ ਬਿਲਕੁਲ ਹੁਣ ਇਹ ਜ਼ਰੂਰੀ ਥੜਾ ਹੁੰਦਾ ਵੀ ਮੈਨੂੰ ਸਾਰਾ ਕੁਝ ਪਤਾ ਹੀ ਹੋਵੇ ਮੈਂ ਤੇ ਤੇਜਪਾਲ ਜੀ ਨੂੰ ਪੁੱਛ ਲੈਣਾ ਹੁੰਦਾ ਕੋਈ ਤੇਜਪਾਲ ਜੀ ਇਹ ਤੁਸੀਂ ਦੱਸੋ ਮੈਨੂੰ ਵੀ ਆ ਕਿੱਦਾਂ ਆ। ਆਪਾਂ ਦੱਸਦੇ ਜਾਦਾ ਆ ਵੈਸੇ। ਆ ਚਲੋ ਜਿਹੜੀ ਅੱਛਾ ਇਹ ਵੀ ਗੱਲ ਆ ਜੇ ਤੁਹਾਨੂੰ ਪਤਾ ਜੀ ਇਹ ਵੀ ਉਹ ਦੱਸਿਓ ਬਿਲਕੁਲ ਸਹੀ ਗੱਲ ਆ। ਅੱਛਾ ਡਾਕਟਰ ਸਾਹਿਬ ਨੂੰ ਲੈ ਕੇ ਆਏ ਉਹ ਨਾਲ ਜਾਣਦੇ ਹੋ ਨਾ ਡਾਕਟਰ ਸਾਹਿਬ? ਮੈਂ ਚੰਗੀ ਤਰ੍ਹਾਂ ਜਾਣਦਾ। ਹਾਂ। ਬਿਲਕੁਲ ਜਾਨਣਾ ਚਾਹੀਦਾ ਵੀ ਆ। ਇਹ ਡਾਕਟਰ ਜਸਵਿੰਦਰ ਸਿੰਘ। ਹਾਂ ਜੀ। ਇਹ ਆਪਣਾ ਜਿਹੜਾ ਪੰਜਾਬ ਦਾ ਡੇਰੀ ਵਿਭਾਗ ਆ। ਹਾਂ ਜੀ ਹਾਂ ਜੀ। ਆ ਉਹਦੇ ਚ ਬਤੌਰ ਡਿਪਟੀ ਡਾਇਰੈਕਟਰ ਚਾਹ ਉਪਨਰਦੇਸ਼ਕ ਵੱਡੇ ਅਫਸਰ ਆਵੇ ਵੱਡੇ ਅਫਸਰ ਆਪਨੀਆਂ ਸੇਵਾਵਾਂ ਨਿਭਾ ਰਹੇ ਆ ਸੰਗਰੂਰ ਚ ਆ ਸੰਗਰੂਰ ਤੋਂ ਆਏ ਆ ਆ ਸੰਗਰੂਰ ਤੋਂ ਆਏ ਆ ਇਹਨਾਂ ਨਾਲ ਤੇ ਗੱਲਬਾਤ ਕਰਨੀ ਕਰਨੀ ਰਾਜ ਸਾਹਿਬ ਠੀਕ ਠਾਕ ਪਹੁੰਚ ਗਏ ਹਾਂ ਜੀ ਬਿਲਕੁਲ ਹਾਂ ਗਰਮੀ ਫਿਰ ਰਸਤੇ ਚ ਹੋਣੀ ਆ ਪਰ ਗਰਮੀ ਤਾਂ ਜਿੰਨੀ ਕੋਰਿਆ ਉਹਨੇ ਕੋ ਉੱਥੇ ਸੀਗੀ ਇਹ ਤੇ ਹਰ ਪਾਸੇ ਇੱਕੋ ਜਿਹਾ ਰੰਗ ਹੀ ਬਕਰਉਦੀ ਆ ਗਰਮੀ ਦੇ ਗਰਮੀ ਦੇ ਮੇਵੇ ਛੱਕਦੇ ਆ ਡਾਕਟਰ ਆ ਛੱਕ ਜਿਨੇ ਆ ਦਰਨੀ ਦੇਖੋ ਜੀ ਇਹ ਰੁੱਤਾਂ ਦਾ ਜਿਹੜਾ ਸੂਬਾ ਆ ਸਾਡਾ ਆ ਇਥੇ ਇਹ ਨਹੀਂ ਕਿ ਵੀ ਜੇ ਗਰਮੀਆਂ ਤੇ ਗਰਮੀ ਰਹਿਣੀ ਆ ਠੰਡਿਆ ਤੇ ਠੰਡ ਰਹਿਣੀ ਆ ਸਾਡੇ ਹਰ ਤਰ੍ਹਾਂ ਦਾ ਮੌਸਮ ਜਿਹੜਾ ਇੱਥੇ ਆਉਂਦਾ ਸਾਰੀਆਂ ਰੁੱਤਾਂ ਆਉਂਦੀਆਂ ਸਾਰੀਆਂ ਰੁੱਤਾਂ ਦਾ ਆਨੰਦ ਵੀ ਮਾਣਨਾ ਚਾਹੀਦਾ ਤੇ ਇਹਦੇ ਹਿਸਾਬ ਨਾਲ ਸਾਨੂੰ ਆਪਣੀ ਦੇਖ ਰੇਖ ਵੀ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਕਰਨੀ ਚਾਹੀਦੀ ਬਿਲਕੁਲ ਤੁਸੀਂ ਜਨਾਓ ਮੈਂ ਠੀਕ ਆ ਵਧੀਆ ਹੋਰ ਉਹ ਲੱਭਦਾ ਪਿਆ ਸੀ ਤੁਹਾਨੂੰ ਜਵੇਰੇ ਆਪਣਾ ਅੰਬਰtion ਅੰਬਰtion ਹਾਂ ਆਇਆ ਉਹਨੂੰ ਕੀ ਹੋਇਆ ਉਹ ਵੀ ਮੈਂ ਪੁੱਛ ਲਿਆ ਮੈਂ ਕਿ ਉਹ ਤੇਜਪਾਲ ਜੀ ਕੰਮ ਕਰਦੇ ਆ ਤੂੰ ਮੈਨੂੰ ਦੱਸ ਅੱਛਾ ਆਂਦਾ ਮੇਰੇ ਨਾਲ ਚੱਲੇ ਕੋਈ ਮੈਂ ਉਹ ਲੁਆਣੀਆਂ ਵੈਕਸੀਨ ਅੱਛਾ ਠੀਕ ਆ ਠੀਕ ਆ ਠੀਕ ਆ ਹੈ ਜੇ ਮੈਂ ਕਿਹਾ ਤੂੰ ਚੱਲ ਮੇਰੇ ਨਾਲ ਚੱਲ ਐਡੀ ਕਿਹੜੀ ਗੱਲ ਆ ਉਹ ਅਸਲ ਚ ਉਹਨਾਂ ਨੇ ਮੁੰਡਾ ਕੱ ਲਿਆ ਹੀ ਮੇਰੇ ਨਾਲ ਹਾਂ ਹਾਂ ਤੇ ਮੈਂ ਉਸ ਵੇਲੇ ਥੋੜਾ ਜਿਹਾ ਕੰਮ ਤੁਹਾਨੂੰ ਪਤਾ ਸਵੇਰੇ ਸਵੇਰੇ ਮੈਂ ਕਿਹਾ ਕੰਮ ਨਿਬੇੜਨਾ ਚੰਗੀ ਗੱਲ ਤਾਂ ਹੀ ਫੇ ਉਹ ਤੁਹਾਡੇ ਆਲੂ ਆਏ ਹੋਣੇ ਆ ਉਹ ਚਲੋ ਕੋਈ ਨਹੀਂ ਦੇਖੋ ਜੀ ਇਹ ਮੇਕੋ ਸਮਾ ਹੈਗਾ ਕਿ ਮੈਂ ਲੈ ਗਿਆ ਨਾ ਹਾਂ ਬਿਲਕੁਲ ਮੈਨੂੰ ਨਾ ਉੱਥੇ ਜਾ ਕੇ ਆਪਣਾ ਜਿਹੜੀ ਅੱਜ ਜਪੰਜਰੀਆ ਸਰਕਾਰੀ ਵੱਡੇ ਪਿੰਡ ਆਹੋ ਉੱਥੇ ਲੈ ਗਿਆ ਸੀ ਮੈਂ ਜੀ 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 ਉੱਥੇ ਜਾ ਕੇ ਇੱਕ ਗੱਲ ਬੜੀ ਵਧੀਆ ਲੱਗੀ ਡਾਕਟਰ ਸਾਹਿਬ ਜੀ ਕਿ ਲੋਕੀ ਜਾਗਰੂਕ ਹੈਗੇ ਆ ਹੈਗੇ ਆ ਇਹ ਨਹੀਂ ਵੀ ਉੱਥੇ ਜਾ ਕੇ ਅਸੀਂ ਇਕੱਲੇ ਹੀ ਸੀ ਬਿਲਕੁਲ ਉੱਥੇ ਸਾਡੇ ਤੋਂ ਵੀ ਗਾਂ ਲੈ ਪਹੁੰਚੇ ਹੋਏ ਸੀ ਬਿਲਕੁਲ ਚੰਗੀ ਗੱਲ ਆ ਹੈ ਨਾ ਚੰਗੀ ਗੱਲ ਹੈ ਤੇ ਪਹੁੰਚੇ ਹੋਏ ਸੀ ਉਹ ਆnde ਸੀ ਜੀ ਸਾਡੇ ਹੁਣ ਇਦਾਂ ਆ ਵੀ ਅਸੀਂ ਦੋ ਦੋ ਡੋਜ਼ ਜਿਹੜੀਆਂ ਅਸੀਂ ਪਹਿਲੇ ਲਵਾਈਆਂ ਸੀ ਤੇ ਹੁਣ ਬੂਸਟਰ ਡੋਜ਼ ਜਿਹੜੀ ਉਹ ਲਗਦੀ ਆ ਕਿ ਅਸੀਂ ਜਾਗਰਤ ਹੋ ਗਏ ਜੀ ਲੋਕਾਂ ਨੂੰ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਨਾਲੇ ਜਿਸ ਹਿਸਾਬ ਦੇ ਹਾਲਾਤ ਬਣੇ ਸੀ ਨਾ ਉਸ ਹਿਸਾਬ ਚੋਂ ਜੇ ਅਸੀਂ ਅੱਜ ਬਾਹਰ ਆਏ ਆ ਤੇ ਜਾਗਰਤ ਹੋਣ ਕਰਕੇ ਆਏ ਹਾਂ ਹੈ ਨਾ ਸਾਡੀ ਵੀ ਕੋਸ਼ਿਸ਼ ਸਰਕਾਰਾਂ ਦੀ ਵੀ ਪਹਿਲ ਇਹ ਸਾਰਾ ਕੁਝ ਰਲ ਮਿਲ ਕੇ ਜਿਹੜਾ ਅਸੀਂ ਅੱਜ ਬਾਹਰ ਨਿਕਲੇ ਆ ਦੇਖੋ ਜੀ ਸਿਆਣੇ ਐਵੇਂ ਥੋੜਾ ਆਂਦੇ ਆ ਕਿ ਖੱਬਾ ਹੱਥ ਸੱਜੇ ਹੱਥ ਨੂੰ ਤੋਂਦਾ ਤੇ ਸੱਜਾ ਹੱਥ ਖੱਬੇ ਹੱਥ ਨੂੰ ਤੋਂਦਾ ਇਹ ਤੇ ਤਾਲਮੇਲ ਤੇ ਜਿਹੜਾ ਨਾ ਜੀ ਇੱਕ ਦੂਜੇ ਦਾ ਚਾਹੀਦਾ ਹੀ ਚਾਹੀਦਾ ਹੀ ਹੈ ਨਾ ਤਾਲਮੇਲ ਦੇ ਨਾਲ ਹੀ ਸਾਰੇ ਕੰਮ ਜਿਹੜੇ ਆ ਉਹ ਚੱਲਦੇ ਆ ਜੀ ਬਿਲਕੁਲ ਅੱਛਾ ਗੱਲ ਇੱਕ ਤਾਲਮੇਲ ਹੋਰ ਹੈਗਾ ਆਪਣੇ ਕੋਲ ਹੈਗਾ ਹਾਂ ਮੰਡੀ ਵਾਲਿਆਂ ਨੇ ਭਾਅ ਭੇਜਦੇ ਆ ਮੰਡੀਆਂ 'ਚ ਦੇ ਕੋਈ ਤਾਲਮਿਲ ਬਹੁਤ ਜ਼ਰੂਰੀ ਆ ਜ਼ਰੂਰੀ ਆ ਜੇਬ ਚ ਵੀ ਨਿੱਗ ਰਹਿੰਦਾ ਦੇਖੋ ਉਦਾਂ ਗਰਮੀ ਦਾ ਨਿੱਗ ਬਰਦਾਸ਼ ਹੋਵੇ ਨਾ ਹੋਵੇ ਇਹਦਾ ਨਿੱਗ ਅਸੀਂ ਬਰਦਾਸ਼ ਕਰ ਦਿੰਦੇ ਆ ਬਿਲਕੁਲ ਬਿਲਕੁਲ ਲਓ ਜੀ ਫਿਰ ਆ ਇਸ ਤਰ੍ਹਾਂ ਆ ਹਾਂਜੀ ਵੀ ਆਲੂ ਜਿਹੜਾ ਆ ਜਲੰਧਰ ਵੀ ਕਿਹਾ 460 ਰੁਪਏ ਇੱਕ ਕਿੰਟਲ ਜੀ ਅਮਰitsar ਚ 550 ਰੁਪਏ ਮਾਨਸਾ ਤੇ ਬੁੜਲਾਡਾ 900 ਰੁਪਏ ਫਾਜ਼ਿਲਕਾ 1000 ਰੁਪਏ ਤੇ ਫਿਰੋਜ਼ਪੁਰ 1200 ਰੁਪਏ ਠੀਕ ਆ ਜੀ ਤੇ ਪਿਆਜ਼ ਅੱਜ ਵੀ ਕਿਹਾ ਜੀ ਜਲੰਧਰ 850 ਰੁਪਏ ਅੰਮ੍ਰਿਤਸਰ 900 ਰੁਪਏ ਮਾਨਸਾ 1000 ਰੁਪਏ ਬੁੜਲਾਡਾ 800 ਰੁਪਏ ਫਾਜ਼ਿਲਕਾ 1000 ਰੁਪਏ ਤੇ ਫਿਰੋਜ਼ਪੁਰ 1200 ਤੇ 50 ਰੁਪਏ ਕਿੰਟ ਪਿਆਜ਼ ਆਹ ਟਮਾਟਰ ਅੱਜ ਵੀ ਕੇ ਆ ਜੀ ਜਲੰਧਰ 900 ਰੁਪਿਆ ਅੰਮ੍ਰਿਤਸਰ 1200 ਰੁਪਿਆ ਮਾਨਸਾ 1800 ਰੁਪਿਆ ਬੁੱਢਲਾਡਾ 1300 ਰੁਪਿਆ ਫਾਜ਼ਿਲਕਾ 1000 ਰੁਪਿਆ ਤੇ ਫਿਰੋਜ਼ਪੁਰ 2200 ਤੇ 50 ਰੁਪਏ ਭਾਅ ਮਿਲਿਆ ਟਮਾਟਰਾਂ ਦਾ ਚੰਗੇ ਰਹਿ ਗਏ ਆ ਫਿਰੋਜ਼ਪੁਰ ਭਾਅ ਚੰਗਾ ਮਿਲਿਆ ਜੀ ਤੇ ਬੈਂਗਣ ਜਿਹੜੇ ਆ ਜਲੰਧਰ ਤੇ ਅੰਮ੍ਰਿਤਸਰ 700 ਰੁਪਏ ਕਿੰਟਲ ਤੇ ਮਾਨਸਾ 2000 ਰੁਪਏ ਜੀ ਹੈ ਜੀ ਬੁੱਢਲਾਡਾ 900 ਰੁਪਏ ਫਾਜ਼ਿਲਕਾ 800 ਰੁਪਏ ਤੇ ਫਿਰੋਜ਼ਪੁਰ 1100 ਰੁਪਏ ਠੀਕ ਹੈ ਤੇ ਕੀ ਆਜ ਵੀ ਗਿਆ ਜੀ ਜਲੰਧਰ 400 ਰੁਪਏ ਅੰਮ੍ਰਿਤਸਰ 300 ਰੁਪਏ ਮਾਨਸਾ ਭਾਰਿਆ ਜੀ ਆਜ 800 ਰੁਪਏ ਕਿੰਟਲ ਬੁੱਢਲਾਡਾ 600 ਰੁਪਏ ਫਾਜ਼ਿਲਕਾ 500 ਰੁਪਏ ਤੇ ਫਿਰੋਜ਼ਪੁਰ ਭਾਰਿਆ ਜੀ 300 ਤੇ 50 ਰੁਪਏ ਕੀ ਆ ਕੀ ਆ ਠੀਕ ਆ ਜੀ ਇਹ ਤੇ ਸੀ ਜੀ ਮੰਡੀਆਂ ਦੇ ਪਾ ਹੈ ਬਿਲਕੁਲ ਹੁਣ ਆ ਜੀਏ ਡਾਟ ਸਾਹਿਬ ਬਿਲਕੁਲ ਜੀ ਡਾਟ ਸਾਹਿਬ ਨਾਲ ਅੱਜ ਅਸੀਂ ਗੱਲ ਕਰਨੀ ਆ ਵੀ ਗਰਮੀਆਂ ਦੇ ਮੌਸਮ ਚ ਪਸ਼ੂਆਂ ਦੀ ਸੰਭਾਲ ਜ਼ਰੂਰੀ ਵਿਸ਼ਾ ਆ ਠੀਕ ਹੈ ਨਾ ਬਿਲਕੁਲ ਬਿਲਕੁਲ ਕਿਸਾਨ ਵਿਰੋਧ ਤੇ ਪੈਨ ਨੂੰ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਟੈਲੀਫੋਨ ਕਰਕੇ ਪੁੱਛ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814264 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰਕੇ ਤੁਸੀਂ ਸਵਾਲ ਪੁੱਛ ਸਕਦੇ ਹੋ ਡਾਕਟਰ ਜਸਵਿੰਦਰ ਸਿੰਘ ਜੀ ਬੈਠੇ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣੇ ਡਾਕਟਰ ਸਾਹਿਬ ਜੀਓ ਹਾਂਜੀ ਗੱਲ ਇਹ ਆ ਕਿ ਮੌਸਮ ਮੌਸਮ ਬਦਲਦਾ ਅਸੀਂ ਵੀ ਬਦਲ ਜਾਂਦੇ ਆ ਸਾਡਾ ਖਾਣ ਪੀਣ ਬਦਲ ਜਾਂਦਾ ਰਹਿਣ ਸਹਣ ਦਾ ਤੰਦ ਬਦਲ ਜਾਂਦਾ ਅੰਦਰ ਬਾਹਰ ਅਸੀਂ ਕਰ ਲੈਨੇ ਆ ਕੁਝ ਹੈਨਾ ਤੇ ਇਸੇ ਤਰ੍ਹਾਂ ਜਿਹੜਾ ਮੌਸਮ ਆ ਇਹ ਸਾਡੇ ਪਸ਼ੂ ਧਨ ਤੇ ਵੀ ਆਸਰ ਪੰਦਾ ਬਿਲਕੁਲ ਹੈਨਾ ਅਸੀਂ ਤੇ ਇੱਕ ਦੂਜੇ ਨੂੰ ਦੱਸ ਲੈਨੇ ਆ ਤੇਜਪਾਲ ਜੀ ਮੈਨੂੰ ਤਾਪਿਆ ਤੇਜਪਾਲ ਜੀ ਮੇਰੇ ਥੋੜਾ ਜਿਹਾ ਵੱਟ ਉੱਠਦਾ ਹੈਨਾ ਪਰ ਪਸ਼ੂ ਨੇ ਦੱਸਣਾ ਕੁਝ ਨਹੀਂ ਦੱਸਣਾ ਜੀ ਉਹਦਾ ਧਿਆਨ ਸਾਨੂੰ ਆਪ ਰੱਖਣਾ ਖੁਦ ਨੂੰ ਕਰਨਾ ਪੈਣਾ ਹੈ ਜੀ ਜੀ ਤੇ ਆਪ ਅਸੀਂ ਧਿਆਨ ਤਾਂ ਰੱਖਾਂਗੇ ਜੇ ਸਾਨੂੰ ਕੁਝ ਗੱਲਾਂ ਦਾ ਪਤਾ ਹੋਏਗਾ ਇਹ ਦੱਸੋ ਵੀ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਇਹ ਸਾਡੇ ਪਸ਼ੂ ਧਨ ਦੇ ਉੱਤੇ ਕੀ ਕੀ ਮਾੜਾ ਅਸਰ ਪੈਂਦਾ ਦੇਖੋ ਗਰਮੀਆਂ ਦੇ ਵਿੱਚ ਪਸ਼ੂ ਦੇ ਉੱਪਰ ਕਾਫੀ ਮਾੜਾ ਸਰ ਪੈਂਦਾ ਜਿਵੇਂ ਆਪਾਂ ਦੇਖਦੇ ਆਂ ਕਿ ਪੰਜਾਬ ਦੇ ਵਿੱਚ 6 ਤੋਂ 7 ਮਹੀਨੇ ਲਗ ਕਾਫੀ ਗਰਮੀ ਪੈਂਦੀ ਹੁੰਦੀ ਆ ਹੁੰਦੀ ਆ ਤੇ ਸਰਦੀ ਜਿਹੜੀ ਹੈਗੀ 2-3 ਮਹੀਨੇ ਹੀ ਰਹਿੰਦੀ ਆ ਬਿਲਕੁਲ ਜੀ ਠੀਕ ਹੈ ਜੀ ਤਾਂ ਇਹ ਗਰਮੀ ਦਾ ਪ੍ਰਕੋਪ ਜਿਹੜਾ ਹੈਗਾ ਪਸ਼ੂਆਂ ਉੱਤੇ ਸਰਦੀ ਦੇ ਮੁਕਾਬਲੇ ਜ਼ਿਆਦਾ ਰਹਿੰਦਾ ਜੀ ਤੇ ਜਿਹਦੇ ਕਰਕੇ ਪਸ਼ੂ ਜਿਹੜੇ ਹੈਗੇ ਖਾਸ ਕਰ ਦੁੱਧਾਰੂ ਪਸ਼ੂ ਇਹ ਸਟ्रेस ਦੇ ਵਿੱਚ ਆ ਜਾਂਦੇ ਨੇ ਅੱਛਾ ਤਣਾਅ ਦੇ ਵਿੱਚ ਤਣਾਅ ਚ ਆ ਜਾਂਦੇ ਤਣਾਅ ਚ ਆ ਜਾਂਦੇ ਨੇ ਜਿਹਦੇ ਨਾਲ ਕਿ ਇਹਨਾਂ ਦੀ ਜਿਹੜੀ ਇਮਿਊਨਿਟੀ ਆ ਉਹ ਡਾਊਨ ਹੋ ਜਾਂਦੀ ਆ ਮਤਲਬ ਇਹਨਾਂ ਚ ਸ਼ਕਤੀ ਜਿਹੜੀ ਅੰਦਰ ਘੱਟ ਜਾਂਦੀ ਆ ਬਿਮਾਰੀਆਂ ਨਾਲ ਲੜਨ ਦੀ ਬਿਮਾਰੀਆਂ ਦਾ ਹਾਂਜੀ ਜਿਹਦੇ ਨਾਲ ਬਿਮਾਰੀਆਂ ਫਿਰ ਕੋਈ ਨਾ ਕੋਈ ਅਟੈਕ ਕਰ ਦਿੰਦੀ ਆ ਹਾਂ ਤੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਅਸਰ ਹੁੰਦਾ ਰਿਪ੍ਰੋਡਕਸ਼ਨ ਤੇ ਪੈਂਦਾ ਅੱਛਾ ਹੂੰ ਰਿਪ੍ਰੋਡਕਸ਼ਨ ਤੇ ਉਹਦੇ ਨਾਲ ਕੀ ਹੈਗਾ ਰਿਪ੍ਰੋਡਕਸ਼ਨ ਦਾ ਵੀ ਪਸ਼ੂ ਦਾ ਜਿਹੜਾ ਹੈਗਾ ਜਿਹੜੀ ਹੀਟ ਹੈਗੀ ਆ ਜਿਹੜੀ ਹਾਜੀ ਨੂੰ ਆਪਾਂ ਕਹਿ ਦਿੰਦੇ ਹਾਂ ਉਹ ਮੱਧਮ ਪੈ ਜਾਂਦਾ ਹੂੰ ਜਿਆਦਾ ਜਿਆਦਾ ਜਾਨਵਰ ਬੋਲਦਾ ਨਹੀਂ ਜੇ ਬੋਲਦਾ ਤਾਂ ਮੱਧਮ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਉਹਨੂੰ ਗਰਭ ਧਾਰਨ ਦਾ ਹੈਗਾ ਉਹ ਉਹ ਵੀ ਪਸ਼ੂ ਜਿਹੜਾ ਹੈਗਾ ਸਿਰੇ ਨਹੀਂ ਚੜਦਾ ਹੈਗਾ ਗਰਮੀ ਦੇ ਕਾਰਨ ਜੀ 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 ਤੇ ਇਹ ਦਾ ਮਾੜਾ ਅਸਰ ਪੈਗਾ ਦੂਸਰਾ ਦੁੱਧ ਤੇ ਅਸਰ ਪੈ ਜਾਂਦਾ ਹਾਂ ਦੁੱਧ ਘਟਾ ਦੁੱਧ ਪਸ਼ੂ ਘਟਾ ਜਾਂਦਾ ਗਰਮੀਆਂ 'ਚ ਸੁੱਕ ਜਾਂਦਾ ਜੀ ਤੋਂ ਹਾਂ ਹਾਂ ਦੁੱਧ ਵੀ ਘਟਾਇਆ ਜਾਂਦਾ ਦੁੱਧ ਦੀ ਕੰਪੋਜੀਸ਼ਨ ਜਿਹੜਾ ਫੈਟ ਔਰ ਐਸਐਨਐਫ ਆ ਉਹ ਵੀ ਡਾਊਨ ਆ ਜਾਂ ਚਲੀ ਜਾਂਦੀ ਆ ਅੱਛਾ ਜਿਹਦੇ ਨਾਲ ਜਿਹੜਾ ਰੇਟ ਆਪਾਂ ਨੂੰ ਮਿਲਣਾ ਫੈਟ ਔਰ ਐਸਐਨਐਫ ਦੇ ਬੇਸ ਤੇ ਮਿਲਣਾ ਇਹ ਚੀ ਹੈ ਇਹ ਚੀ ਹੈ ਇੱਕ ਦੁੱਧ ਘਟ ਗਿਆ ਕੁਆਂਟੀਟੀ ਘਟ ਗਈ ਦੂਸਰਾ ਆਪਾਂ ਨੂੰ ਜਿਹਦੇ ਹਿਸਾਰੇ ਆਪਾਂ ਫੈਟ ਤੇ ਐਸਐਨਐਫ ਦੇ ਹਿਸਾਰੇ ਰੇਟ ਲੈਣਾ ਉਹ ਵੀ ਆਪਣਾ ਟਾਊਨ ਚਲਾ ਜਾਉਂਦਾ ਡਾਊਨ ਚਲੇ ਇਹਦੇ ਨਾਲ ਫਿਰ ਆਰ ਕਾਫੀ ਮਾ ਲੋ ਫਾਰਮਰ ਦਾ ਜੜਾ ਮਤਲਬ ਲੈ ਦੇ ਕੇ ਜੇ ਅਸੀਂ ਇਹ ਕਹੇ ਵੀ ਪਸ਼ੂ ਦੇ ਤੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੀ ਪੈਂਦਾ ਸਾਡੀ ਜੇਹ ਤੇ ਵੀ ਪੈਂਦਾ ਜੇ ਅਸੀਂ ਧਿਆਨ ਨਹੀਂ ਰੱਖਾਂਗੇ ਤਾਂ ਦੇਖੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੇ ਇ ਇਤਨਾ ਚ ਆ ਜਾਂਦੇ ਆ ਸਰੀਰੋਂ ਮਾੜੇ ਹੋ ਜਾਂਦੇ ਆ ਐਵੇਂ ਥੋੜਾ ਸਿਆਣੇ ਆਂਦੇ ਵੀ ਮਾੜਾ ਟੰਗਾ ਚਾਤੀ ਰੋਗ ਇਹ ਰੋਗ ਵੀ ਫੇ ਇਨਾਂ ਨੂੰ ਤਾਂ ਪੈਂਦੇ ਤਾਂ ਪੈਂਦੇ ਆ ਬੰਦਾ ਵੀ ਜਦੋਂ ਮੜ ਜੀ ਗਰਮੀ ਵੱਧਦੀ ਆਪਾਂ ਵੀ ਓਹੋ ਹੋ ਹੋ ਗਰਮੀ 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 ਲੱਗੀ ਕਰਦੇ ਆ ਉਹ ਜਿਹੜੇ ਦੱਸ ਨਹੀਂ ਸਕਦੇ ਆ ਹੀ ਰੋਲੀ ਪਾ ਦਿੰਦੀ ਆ ਡਾਕਟਰ ਸਾਹਿਬ ਹਾਂ ਬਿਲਕੁਲ ਅੱਛਾ ਇਦਾਂ ਹੁੰਦਾ ਡਾਕਟਰ ਸਾਹਿਬ ਜਦੋਂ ਆਪਾਂ ਘਰ ਬਣਾਉਨੇ ਆ ਆਪਣਾ ਜਿਵੇਂ ਮਠਾ ਸਿੰਘ ਜੀ ਆਪਾਂ ਉਹਦੇ ਚ ਖਿਆਲ ਰੱਖਦੇ ਆ ਬਿਲਕੁਲ ਬਿਲਕੁਲ ਇਧਰੋਂ ਹਵਾ ਜੇ ਪੁਰਾ ਵਗਣਾ ਤਾਂ ਇੱਥੇ ਇੱਕ ਤਾਕੀ ਰੱਖਦੀਏ ਪੁਰਾ ਤੇ ਅੰਦਰ ਤਾਂ ਆ ਗਏ ਇਹ ਪੱਛੋਂ ਵਾਲੋਂ ਹਵਾ ਆਉਣੀ ਤਾਂ ਇੱਥੇ ਇੱਕ ਰੱਖੀਏ ਉਸ ਹਾਵ ਨਾਲ ਆਪਾਂ ਦਰਵਾਜ਼ੇ ਰੱਖੀਦੇ ਆ ਤਾਕੀਆਂ ਰੱਖੀਦੀਆਂ ਘਰ ਦਾ ਆਪਣਾ ਜਿਹੜਾ ਸਟਰਕਚਰ ਆ ਉਸ ਹਾਵ ਨਾਲ ਆਪਾਂ ਹੁਣ ਜਦੋਂ ਆਪਾਂ ਪਸ਼ੂਆਂ ਦੇ ਢਾਰੇ ਦੀ ਗੱਲ ਕਰਦੇ ਆ ਪਸ਼ੂਆਂ ਦੇ ਢਾਰੇ ਦਾ ਵੀ ਤਾਂ ਇਹੋ ਜਿਹਾ ਕੁਝ ਮਹੱਤਵ ਹੋਣਾ ਹੀ ਆ ਪਸ਼ੂਆਂ ਦੀ ਜ਼ਿੰਦਗੀ ਚ ਇਹਦੇ ਨਾਲ ਹਾਤ ਤੁਸੀਂ ਕਿ ਜਿਹੜੀਆਂ ਚੀਜ਼ਾਂ ਸਾਨੂੰ ਦਸੀਆਂ ਉਹ ਢਾਰੇ ਨੂੰ ਅਸੀਂ ਇਸ ਹਿਸਾਬ ਨਾਲ ਬਣਾਈਏ ਵੀ ਇਹ ਚੀਜ਼ਾਂ ਤੋਂ ਥੋੜਾ ਪਸ਼ੂਆਂ ਦਾ ਬਚਾਅ ਹੋ ਜਾਏ ਜਿਹਨਾਂ ਸਾਡੀ ਜੇਬ ਤੇ ਵੀ ਘਾਟਾ ਸਰਵਾਇ ਤੇ ਪਸ਼ੂ ਦੀ ਸੀ ਪਸ਼ੂ ਤਾਂ ਦੇ ਰਸਤੇ ਰਹੀ ਆਹ ਦੇਖੋ ਢਾਰਿਆਂ ਦੀ ਬਹੁਤ ਮਹੱਤਤਾ ਹੈਗੀ ਆ ਪਸ਼ੂਤਾਂ ਦੇ ਵਿੱਚ ਜੀ ਆਰੇ ਜਿਵੇਂ ਪਹਿਲਾਂ ਆਪਾਂ ਪਿੰਡਾਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਘਰਾਂ ਦੇ ਵਿੱਚ ਹੀ ਪਸ਼ੂ ਰੱਖਦੇ ਸੀਗੇ ਜਿਸ ਜਿੰਨੀ ਕਿ ਜਗ੍ਹਾ ਆਪਣੇ ਕੋਲ ਮੌਜੂਦ ਹੁੰਦੀ ਸੀਗੀ ਉਹਦੇ ਵਿੱਚ ਹੀ ਆਪਾਂ ਪਸ਼ੂਆਂ ਨੂੰ ਭਾਂਡਾ ਜਾਂ ਟਾਰਾ ਬਣਾ ਲੈਂਦੇ ਸੀਗੇ ਜੀ ਜੀ ਤੇ ਉਹਦੀ ਛੱਤ ਵੀ ਆਮ ਨੋਰਮਲੀ 10 12 ਫੁੱਟ ਉੱਚੀ ਰੱਖ ਲੈਂਦੇ ਸੀ ਬਿਲਕੁਲ ਠੀਕ ਹੈ ਜੀ ਤੇ ਉਹਦੇ ਵਿੱਚ ਖਟੋਖਟ ਤਿੰਨ ਪਾਸੇ ਆਪਾਂ ਕੰਧ ਕੱਢਦੇ ਸੀ ਢਾਰਾ ਬਣਾਉਣ ਖਾਤਰ ਹਾਂਜੀ ਹਾਂਜੀ ਬਿਲਕੁਲ ਇੱਕ ਪਾਸੇ ਉਹ ਖੁੱਲਾ ਹੁੰਦਾ ਸੀਗਾ ਉੱਥੇ ਵੀ ਪੱਲੀ ਲਾ ਦਿੰਦੇ ਸੀ ਪੱਲੀ ਲਾਉਂਦੇ ਸੀ ਸਰਦੀਆਂ 'ਚ ਤੇ ਗਰਮੀਆਂ 'ਚ ਉਹ ਪੱਲੀ ਚੱਕ ਦਿੰਦੇ ਸੀ ਪਰ ਉਹਦੇ ਨਾਲ ਕੀ ਸੀਗਾ ਵੀ ਗਰਮੀਆਂ ਦੇ ਵਿੱਚ ਪਸ਼ੂ ਉੱਥੇ ਕਾਫੀ ਮਤਲਬ ਤਣਾਅ 'ਚ ਰਹਿੰਦਾ ਸੀਗਾ ਬਿਲਕੁਲ ਕਿਉਂਕਿ ਇੱਕ ਤਾਂ ਹਵਾ ਦੀ ਕ੍ਰੋਸਿੰਗ ਨਹੀਂ ਹੁੰਦੀ ਸੀਗੀ ਆਲੇ-ਦੁਆਲੇ ਜਿਹੜੀਆਂ ਦੁਵਾਰਾਂ ਨੇ ਘਰਾਂ ਦੀਆਂ ਕਹਿ ਲਓ ਉੱਚੀਆਂ ਹੁੰਦੀਆਂ ਨੇ ਹਵਾ ਉੱਥੇ ਲੱਗਦੀ ਨਹੀਂ ਸੀ ਲੱਗਦੀ ਨਹੀਂ ਤੇ ਪੱਖਾ ਆਪਾਂ ਲਾਗ ਤਾਂ ਦਿੰਦੇ ਸੀ ਪਰ ਉਹ ਪੱਖੇ ਦੀ ਹਵਾ ਵੀ ਉੱਥੇ ਗਰਮ ਲੱਗਦੀ ਸੀਗੀ ਹਾਂ ਦੂਸਰਾ ਜਿਹੜਿਆ ਕੰੰਧਾ ਨੇ ਕੰੰਧਾ ਵੀ ਸੇਕ ਮਾਰਦੀਆਂ ਨੇ ਉਸ ਟਾਈਮ ਹਾਂ ਹਾਂ ਤੇ ਪਸ਼ੂ ਜਿਹੜਾ ਹੈਗਾ ਪਸ਼ੂ ਉੱਥੇ ਮਤਲਬ ਘਟਨ ਕੁੱਟਨ ਮਹਿਸੂਸ ਕਰਦਾ ਸੀ ਅੱਛਾ ਡਾਕਟਰ ਸਾਹਿਬ ਇਹ ਆਪਾਂ ਜਾਰੀ ਰੱਖਦੇ ਆਂ ਗੱਲਬਾਤ ਤੇ ਇੱਕ ਟੈਲੀਫੋਨ ਆ ਗਿਆ ਆਪਾਂ ਨੂੰ ਪਹਿਲੇ ਉਹ ਸੁਣ ਲਈਏ ਜੀ ਹੈਲੋ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਰਵਿਕਾਂਤ ਬੋ ਰਿਹਾ ਨਹੀਂ ਹਲਕਰਾ ਫਾਕਿਰਪੁਰ ਤੋਂ ਹਾਂ ਜੀ ਰਵਿਕਾਂਤ ਜੀ ਹਾਂਜੀ ਹਾਂਜੀ ਮੈਂ ਡਾਕਟਰ ਸਾਹਿਬ ਤੁਹਾਨੂੰ ਇਹ ਕਹਿਣਾ ਚਾਹੁੰਦਾ ਡਾਕਟਰ ਸਾਹਿਬ ਗਰਮੀ ਦੇ ਵਿੱਚ ਜਿਹੜਾ ਹੈਗਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿਛੜਾ ਦੀ ਸਮੱਸਿਆ ਵੀ ਸਾਡੇ ਜਾਨਵਰਾਂ ਦੇ ਵਿੱਚ ਬਹੁਤ ਜ਼ਿਆਦਾ ਵਾਪਸ ਜਾਂਦੀ ਹੈ ਜੀ ਤੇ ਉੱਪਰੋਂ ਜਿਹੜਾ ਹੈਗਾ ਦੁੱਧ ਘਟ ਜਾਂਦਾ ਤੇ ਤੀਸਰਾ ਪਸ਼ੂ ਲੋਹੂ ਮੂਤਨਾ ਸ਼ੁਰੂ ਕਰ ਦਿੰਦੇ ਜੀ ਇਹਦੇ ਨਾਲ ਹਾਂ ਤੇ ਅੱਧੀ ਫੀਲਡ ਦੇ ਵਿੱਚ ਡਾਕਟਰ ਸਾਹਿਬ ਆਪਦੇ ਪਸ਼ੂਆਂ ਤਾਜ ਵਾਸਤੇ ਬੜੇ ਤਰ੍ਹਾਂ ਦੀਆਂ ਦਵਾਈਆਂ ਵੀ ਲਗਾਉਂਦੇ ਆ ਇੱਕ ਮਿੰਟ ਡਾਕਟਰ ਕੋਲ ਇਹ ਪੁੱਛਣਾ ਚਾਹੁੰਗਾ ਕਿ ਜਿਹੜਾ ਅਸੀਂ ਆਈਵਰਮੈਕਟਿਨ ਸਾਲਟ ਦਾ ਜਿਹੜਾ ਟੀਕਾ ਅਸੀਂ ਯੂਜ਼ ਕਰ ਤੋਂ ਲਵਾ ਲਏ ਨੇ ਹਾਂ ਜੀ ਟੀਕਰ ਨਹੀਂ ਉਹ ਟੀਕਾ ਕਿਤੇ ਨਾ ਕਿਤੇ ਜਾ ਕੇ ਪਸ਼ੂ ਦੇ ਵਿੱਚ ਕੋਈ ਨੁਕਸਾਨ ਕਰਦਾ ਹੈ ਜਾਂ ਨਹੀਂ ਕਰਦਾ ਜਾਂ ਉਹਨੂੰ ਅਸੀਂ ਕਿੰਨੀ ਦੇਰ ਬਾਅਦ ਦੁਬਾਰਾ ਲਗਵਾਈਏ ਇੱਕ ਵਾਰ ਤਾਂ ਉਹਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਪਰ ਸਾਡੇ ਵਿੱਚ ਵੀ ਉਹ ਟੀਕੇ ਦਾ ਅਸਰ ਆਉਂਦਾ ਹੈ ਜਾਂ ਨਹੀਂ ਆਉਂਦਾ ਇਹਦੇ ਬਾਰੇ ਦੱਸਿਆ ਕਰਦੇ ਜੀ ਜੀ ਡਾਕਟਰ ਦੇਖੋ ਟੀਕੇ ਦਾ ਅਸਰ ਤਾਂ ਆਉਂਦਾ ਹੀ ਆਉਂਦਾ ਦੁੱਧ ਦੇ ਵਿੱਚ ਆਉਣਾ ਹੀ ਆਉਣਾ ਠੀਕ ਹੈ ਪਰ ਉਹਦੇ ਵਿੱਚ ਕੀ ਆ ਵੀ ਜਿਹੜੇ ਚਿਚੜਾਂ ਦੀ ਸਮੱਸਿਆ ਹੈ ਇਹਦੀ ਆਪਾਂ ਇਹ ਸਮਝੋ ਵੀ ਇਹ ਚਿਚੜ ਬਾਰ-ਬਾਰ ਕਿਉਂ ਲੱਗਦੇ ਆ ਇਹ ਹਾਂ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਇੱਕ ਤਾਂ ਜਦੋਂ ਆਪਾਂ ਦਵਾਈ ਪਸ਼ੂ ਤੇ ਸਪਰੇਅ ਕਰਤੀ ਜਾਂ ਉਹਨੂੰ ਲਗਾਤੀ ਤਾਂ ਉਹਨੂੰ ਰਿਪੀਟ ਕਰਨੀ ਆ ਆਪਣੇ ਹਫਤੇ ਬਾਅਦ ਅੱਛਾ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਫਿਰ ਦੋ ਹਫਤੇ ਬਾਅਦ ਰਿਪੀਟ ਕਰਨੀ ਆ ਅੱਛਾ ਕੋਈ ਵੀ ਦਵਾਈ ਆਪਾਂ ਲਾਉਣਿਆ ਉਹਨੂੰ ਦੋ ਵਾਰੀ ਰਿਪੀਟ ਕਰੋ ਉਹਦੇ ਨਾਲ ਕੀ ਹੁੰਦਾ ਕਿ ਚਿਚੜ ਪਹਿਲਾਂ ਇੱਕ ਵਾਰੀ ਮਰ ਗਏ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਅੰਡੇ ਨੇ ਉਹ ਦੁਬਾਰਾ ਫਿਰ ਉਹ ਚੱਲ ਪੈਂਦੇ ਆ ਉਹ ਅੱਛਾ ਜੀ ਤੇ ਉਹ ਅੰਡਿਆਂ ਨੂੰ ਖਤਮ ਕਰਨ ਕਰਨਾ ਜਿਹੜਾ ਸਰਕਲ ਆ ਇਹ ਸਰਕਲ ਖਤਮ ਕਰਨਾ ਪੈਣਾ ਆਪਾਂ ਨੂੰ ਅੱਛਾ ਅੱਛਾ ਤਾਂ ਕਿ ਜਿਹੜਾ ਚਿਚੜ ਆਪਣਾ ਸਮਾਪਤ ਹੋ ਜੇ ਦੂਸਰਾ ਇਹ ਆ ਵੀ ਜਿਹੜੀਆਂ ਉਹਨੀਆਂ ਖੱਡਾਂ ਨੇ ਚਾਹੇ ਫਰਸ਼ ਤੇ ਚ ਖੱਡਾਂ ਨੇ ਚਾਹੇ ਆਪਣੇ ਕੰਧਾਂ ਦੇ ਵਿੱਚ ਖੱਡਾਂ ਨੇ ਉਹ ਖੱਡਾ ਵੀ ਆਪ ਨੂੰ ਬੰਦ ਕਰਨੀਆਂ ਚਾਹੀਦੀਆਂ ਨੇ ਖੱਡਾਂ ਦੇ ਵਿੱਚ ਇਹ ਚਿਚੜ ਲੁਕਦਾ ਉੱਥੋਂ ਫੇਰ ਨਿਕਲ ਆਉਂਦਾ ਹੈ ਅੱਛਾ ਅੱਛਾ ਤੇ ਇੱਕ ਤਾਂ ਦੇਸੀ ਲਾਜ ਥੋੜਾ ਜਿਹਾ ਮੈਂ ਦੱਸ ਦੇਣਾ ਕਾਫੀ ਉਹਦਾ ਰਿਜ਼ਲਟ ਵਧੀਆ ਮਿਲਦਾ ਕਿ ਤਾਰਾ ਮੀਰਾ ਜੀ ਆਪਾਂ ਪਸ਼ੂਆਂ ਨੂੰ ਲਗਾਤਾਰ ਦੇਵਾਂਗੇ ਤਾਂ ਇਹ ਚਿਚੜਾਂ ਦੀ ਸਮੱਸਿਆ ਆਪਾਂ ਨੂੰ ਹੱਲ ਹੋ ਜਾਂਦੀ ਹੈ ਫੇਰ ਟੀਕੇ ਦੀ ਵੀ ਲੋੜ ਨਹੀਂ ਪੈਂਦੀ ਵਾਹ ਗੱਲ ਇੱਥੇ ਆ ਮਿਠਾ ਸਿੰਘ ਜੀ ਪੇ ਚਿਚੜਾਂ ਦਾ ਢਾਰਾ ਬੰਦ ਕਰਨਾ ਪਸ਼ੂਆਂ ਦਾ ਢਾਰਾ ਵਧੀਆ ਬਣਾਉਣਾ ਡਾਕਟਰ ਸਾਹਿਬ ਢਾਰੇ ਦੀ ਗੱ ਤਾ ਢਾਰੇ ਜਿਹੜੇ ਹੈਗੇ ਉਹ ਕਾਫੀ ਉਹਨਾਂ ਤੇ ਧਿਆਨ ਦਿੱਤਾ ਗਿਆ ਹੈਗਾ ਯੂਨੀਵਰਸਿਟੀ ਦੇ ਮਾਰਾਂ ਦੇ ਨਾਲ ਸਲਾਹ مشورہ ਕਰਕੇ ਵਿਭਾਗ ਦੇ ਅਫਸਰਾਂ ਵੱਲੋਂ ਇਹ ਢਾਰੇ ਦੇ ਉੱਪਰ ਕਾਫੀ ਕੰਮ ਕਰਕੇ ਇਹਦਾ ਇੱਕ ਡਿਜ਼ਾਈਨ ਤਿਆਰ ਕੀਤਾ ਜੀ ਅੱਛਾ ਜੀ ਉਹ ਡਿਜ਼ਾਈਨ ਕੀ ਆ ਵੀ ਆਪਾਂ ਉਹ ਖੁੱਲੀ ਜਗ੍ਹਾ ਤੇ ਢਾਰਾ ਹੋਣਾ ਚਾਹੀਦਾ ਜਿੱਥੇ ਹਵਾ ਕੋਈ ਵੀ ਪੱਛੋਂ ਪੁਰਾ ਕੋਈ ਵੀ ਚੱਲੇ ਉਹਦੇ ਵਿੱਚ ਦੀ ਕ੍ਰੋਸ ਕਰਨੀ ਚਾਹੀਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਹਵਾ ਨੂੰ ਤੇ ਉਹ ਜਿਹੜੇ ਢਾਰੇ ਨੇ ਉਹਨਾਂ ਦੀ ਉਚਾਈ ਵੀ ਕਟੋ-ਕਟ 20 ਫੁੱਟ ਚਾਹੀਦੀ ਆ ਅੱਛਾ ਕਟੋ ਕਟ ਫਟੋ ਕਟ ਸੈਂਟਰ ਚੋਂ 20 ਫੁੱਟ ਚਾਹੀਦੀ ਆ ਔਰ ਸੈਂਟਰ ਦੇ ਵਿੱਚ ਇੱਕ ਉਹਦੇ ਕਿ ਚਿਮਨੀ ਵੀ ਹੁੰਦੀ ਆ ਅੱਛਾ ਜਿਹਦੇ ਨਾਲ ਕੇ ਗਰਮ ਹਵਾ ਜਿਹੜੀ ਹੈਗੀ ਆ ਉਹ ਬਾਹਰ ਨਿਕਲਦੀ ਆ ਉਹ ਜੀ ਜੀ ਤੇ ਉਸ ਤੋਂ ਬਾਅਦ ਜਿਹੜੇ ਟਾਰੇ ਨੇ ਟਾਰਿਆਂ ਦੇ ਵਿੱਚ ਆਪਾਂ ਸਾਰੀਆਂ ਸੁੱਖ ਸਹੂਲਤਾਂ ਪੁਛੋਂ ਦਿੱਤੀਆਂ ਨੇ ਜਿਵੇਂ ਉਹਦੇ ਵਿੱਚ ਜਿਹੜਾ ਫਰਸ਼ ਲੱਗਦਾ ਉਹ ਵੀ 7-8 ਫੁੱਟ ਦਾ ਫਰਸ਼ ਹੁੰਦਾ ਅੱਛਾ ਜੀ ਟਾਰੇ ਦੇ ਅੰਦਰ ਹੀ ਤੇ ਬਾਹਰ ਕੱਚੀ ਜਗ੍ਹਾ ਅੰਦਰ ਹੀ ਕੱਚੀ ਜਗ੍ਹਾ ਰੱਖੀ ਹੁੰਦੀ ਆ ਅੱਛਾ ਟਾਰੇ ਦੇ ਵਿੱਚ ਪੱਕੀ ਜਗ੍ਹਾ ਵੀ ਹੈਗੀ ਕੱਚੀ ਜਗ੍ਹਾ ਵੀ ਹੈਗੀ ਅਚ ਉਸ ਤੋਂ ਬਾਅਦ ਢਾਰੇ ਤੋਂ ਬਾਹਰ ਵੀ ਕੱਚੀ ਜਗ੍ਹਾ ਆਪਾਂ ਪ੍ਰੋਵਾਈਡ ਕਰਦੇ ਆਪਾਂ ਪਸ਼ੂਆਂ ਨੂੰ ਤਾਂ ਕਿ ਪਸ਼ੂ ਜਦੋਂ ਮਰਜ਼ੀ ਦਿਲ ਕਰੇ ਉਹ ਅੰਦਰ ਬੈਠੇ ਚਾਹੇ ਬਾਹਰ ਬੈਠੇ ਚਾਹੇ ਪੱਕੀ ਜਗ੍ਹਾ ਤੇ ਬੈਠੇ ਚਾਹੇ ਕੱਚੀ ਜਗ੍ਹਾ ਤੇ ਬੈਠੇ ਮਤਲਬ ਇਹ ਪਸ਼ੂਆਂ ਦਾ ਜਿਹੜਾ ਹੈਗਾ ਕਾਫੀ ਇਹਦੇ ਵਿੱਚ ਆਰਾਮਦਾਇਕ ਮਹਿਸੂਸ ਕਰਦੇ ਨੇ ਤੇ ਇੱਕ ਇਹ ਲੂਸ ਹਾਊਸਿੰਗ ਸਿਸਟਮ ਇਹਨੂੰ ਕਹਿ ਦਿੰਦੇ ਆ ਅਸੀਂ ਕਿ ਪਸ਼ੂ ਖੁੱਲੇ ਰਹਿੰਦੇ ਆ ਹਾਂ ਖੁੱਲੇ ਨਾ ਬੰਨਣਾ ਨਹੀਂ ਹੈਗਾ ਉਹਦਾ ਕਾਰਨ ਕੀ ਹੈ ਵੀ ਜਿਵੇਂ ਹੁਣ ਅੱਜਕੱਲ੍ਹ ਗਰਮੀ ਆ ਆਪਾਂ ਵੀ ਘੰਟੇ-ਘੰਟੇ ਬਾਅਦ ਪਾਣੀ ਪਿਆਸ ਲੱਗਦੀ ਆ ਬਿਲਕੁਲ ਬਿਲਕੁਲ ਤੇ ਪਸ਼ੂਆਂ ਨੂੰ ਵੀ ਦੇਖੋ ਘੰਟੇ ਦੋ ਘੰਟੇ ਬਾਅਦ ਪਿਆਸ ਲੱਗਦੀ ਆ ਜਦੋਂ ਪਸ਼ੂ ਖੁੱਲਾ ਹੈਗਾ ਉਹਦੇ ਕੋਲ ਪਾਣੀ ਦੇ ਖੇਲ ਹੈਗੀ ਜਾਂ ਨਹੀਂ ਦਿਲ ਕਰਦਾ ਤਾਂ ਆਰਾਮ ਨਾਲ ਬੈਠਾ ਰਹੇ ਸਰਦੀਆਂ 'ਚ ਪਸ਼ੂ ਪਾਣੀ ਘੱਟ ਪੀਂਦੇ ਆ ਗਰਮੀਆਂ ਦੇ ਵਿੱਚ ਤਾਂ ਪਾਣੀ ਦੀ ਖੂਜੂਰ ਪੈਂਦੀ ਰਹਿੰਦੀ ਆ ਜੇ ਆਪਾਂ ਉਹਨਾਂ ਨੂੰ ਬੰਨ ਕੇ ਰੱਖਦੇ ਆ ਤਾਂ ਆਪਾਂ ਉਹਨਾਂ ਨੂੰ ਆਪਾਂ ਜਾਂ ਸਵੇਰੇ ਪਾਣੀ ਪਰਾਉਣੇ ਆ ਜਾਂ ਸ਼ਾਮ ਨੂੰ ਪਾਣੀ ਪਰਾਉਣੇ ਤੇ ਬਾਕੀ ਦਿਨ ਉਹਦਾ ਜਿਹੜਾ ਹੈਗਾ ਪਸ਼ੂ ਦਾ ਉਸੇ ਤਰ੍ਹਾਂ ਹੀ ਜਾਂਦਾ ਪਾਣੀ ਦੀ ਵੀ ਜੇ ਕਮੀ ਆ ਜਾਂਦੀ ਆ ਤਾਂ ਉਹਦੇ ਨਾਲ ਵੀ ਪਸ਼ੂ ਗਰਮੀ ਜ਼ਿਆਦਾ ਮਹਿਸੂਸ ਕਰਦਾ ਆ ਬਿਲਕੁਲ ਠੀਕ ਪਾਰਟੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਸ਼ੂ ਨੇ ਹਾਕ ਥੋੜੀ ਮਾਰਨੀ ਆ ਸਾਰਾ ਬਿਲਕੁਲ ਜੀ ਬਿਲਕੁਲ ਵੀ ਤਰੇਹ ਲੱਗੀ ਆ ਹੈ ਵੀ ਧਿਆ ਲੱਗੀ ਆ ਮੈਨੂੰ ਪਾਣੀ ਦੇ ਜੋ ਪਸ਼ੂ ਨੂੰ मतलब प्रोविजन ਹੁੰਦੀ ਹੈ ਕਿ ਉਹਨੂੰ ਸਾਫ ਪਾਣੀ ਹਰ ਟਾਈਮ ਉਹਨੂੰ ਪਸ਼ੂ ਨੂੰ ਮਿਲਦਾ ਉਥੋਂ ਮਿਲਦਾ ਤੇ ਦੂਸਰਾ ਹੈਗਾ ਇਹ ਛੱਟ ਦੇ ਆਲੇ-ਦਾਲੇ ਦਰਖਤਾਂ ਦੀ ਜਿਹੜੀ ਹੈਗੀ ਰეკਮੈਂਡੇਸ਼ਨ ਹੁੰਦੀ ਹੈ ਵੀ ਜਿੰਨੇ ਸੰਘਣੇ ਦਰਖਤ ਸੰਘਣੀ ਛਾਂਦਾਰ ਔਰ ਸੰਘਣੇ ਦਰਖਤ ਆਪਾਂ ਲਗਾ ਸਕਦੇ ਹਾਂ ਉਨਾ ਹੀ ਆਪਣਾ ਜਿਹੜਾ ਟੈਂਪਰੇਚਰ ਆ ਉਹ ਛੱਟ ਦਾ ਕੰਟਰੋਲ ਰਹੂਗਾ ਅੱਛਾ ਔਰ ਠੰਡੀ ਹਵਾ ਜਿਹੜੀ ਗਰਮ ਹਵਾ ਉਹ ਵੀ ਠੰਡੀ ਹੋ ਕੇ ਛੱਟ ਦੇ ਵਿੱਚ ਦੀ ਕਰਾਸ ਹੋ ਜਾਵੇ ਤੇ ਇਸ ਤੋਂ ਇਲਾਵਾ ਜਿਹੜੇ ਹੁਣ ਜ਼ਿਆਦਾ ਆਪਣੇ ਕੋਲੇ گاਵਾ ਖਾਸ ਕਰਕੇ ਹਾਈ ਯੀਲਡਿੰਗ ਐਨੀਮਲ ਨੇ ਜਿਹੜੇ ਜ਼ਿਆਦਾ ਦੁੱਧ ਦਿੰਦੇ ਆ ਜੀ ਜੀ ਉਹਨਾਂ ਨੂੰ ਆਪਾਂ ਪੱਖੇ ਦੀ কুলਰ ਦੀ ਜਾਂ ਫੋਗਰ ਵਗੈਰਾ ਇਹ ਵੀ ਪ੍ਰਬੰਧ ਕਰ ਸਕਦੇ ਆ ਜਿਹੜੇ ਜਿਆਦਾ ਦੁੱਧ ਦੇਣ ਵਾਲੇ ਜਾਨਵਰ ਨੇ ਉਹਨਾਂ ਨੂੰ ਗਰਮੀ ਜਿਆਦਾ ਲੱਗਦੀ ਆ ਜੀ ਤੇ ਉਹਨਾਂ ਨੂੰ ਆਪਾਂ ਮਤਲਬ ਇਹ ਚੀਜ਼ਾਂ ਦੇ ਕੇ ਜਿਹੜਾ ਅੰਦਰਲਾ ਤਾਪਮਾਨ ਉਹ ਬਾਹਰਲੇ ਤਾਪਮਾਨੋਂ ਘੱਟੋ-ਘੱਟ 10 ਡਿਗਰੀ ਜਿਹੜਾ ਹੈਗਾ ਤਾਪਮਾਨ ਡਾਊਨ ਆ ਜਾਂਦਾ ਜੀ ਘੱਟ ਹੋਣਾ ਚਾਹੀਦਾ ਜੇ ਆਪਾਂ ਇਹ ਸਾਧਨ ਪਸ਼ੂਆਂ ਨੂੰ ਪ੍ਰੋਵਾਈਡ ਕਰਾਂਗੇ ਅੱਜ ਜੀ ਆਪਣੇ ਲਈ ਕੀ ਆਂਦੇ ਹਾਂ ਇਹ ਜੀ ਲਵਾ ਸਕਦਾ ਹੈ ਹੈਨਾ ਤਾਂ ਪਸ਼ੂਨ ਆਪਾਂ ਪੱਖੇ ਤਾਂ ਲਵਾਈ ਸਕਦੇ ਹਾਂ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬਾ ਜਿਹੜਾ ਤੁਸੀਂ ਦੱਸਿਆ ਵਿੱਚ ਭਈ ਕੱਚੀ ਥਾਂ ਰੱਖਣੀ ਆ ਤੇ ਇੰਨੀ ਕੁ ਪੱਕੀ ਕਰਨੀ ਆ ਉਹਦਾ ਕਿੰਨਾ ਕੁ ਰੱਖਣਾ ਕਿੰਨਾ ਕੁ ਥਾਂ ਕੱਚਾ ਤੇ ਕਿੰਨਾ ਕੁ ਪੱਕਾ ਇਹਨਾਂ ਦਾ ਪਾਤ ਕਿੰਨਾ ਰੱਖੀਏ ਦੇਖੋ ਇਹ ਜਿਹੜਾ ਸ਼ੈੱਡ ਦਾ ਡਿਜ਼ਾਈਨ ਹੈਗਾ ਇਹ 4200 ਸਕੁਅਰ ਫੁੱਟ ਦਾ ਆਪਾਂ ਨੂੰ ਟੋਟਲ ਏਰੀਆ ਚਾਹੀਦਾ ਪਹਿਲਾਂ ਆਖਿਆ ਜੀ ਸਭ ਤੋਂ ਪਹਿਲਾਂ ਉਹਦੇ ਵਿੱਚ ਆਪਾਂ 2500 ਸਕੁਅਰ ਫੁੱਟ ਆਪਾਂ ਉਹਨੂੰ ਕਵਰ ਕਰਨਾ ਅੱਛਾ ਬਿ阿里 ਸੋਚੋ ਹਾਂ ਠੀਕ ਹੈ ਜੀ ਤੇ ਬਾਕੀ ਜਿਹੜਾ 2500 ਸਕਰ ਫੁੱਟ ਆਪਣਾ ਕਵਰਡ ਹੋ ਗਿਆ ਉਹਦੇ ਵਿੱਚੋਂ ਆਪਾਂ ਨੇ 1200 ਫੁੱਟ ਪੱਕਾ ਕਰਨਾ ਫਰਸ਼ ਤੇ 1200 ਸ਼ੈਡ ਦੇ ਅੰਦਰ ਹੀ ਕੱਚਾ ਚਾਹੀਦਾ ਠੀਕ ਜਦੋਂ ਵੱਧ ਹੋ ਗਿਆ ਕਿ ਅਦੋ ਵੱਜੋ ਹਾਂ ਠੀਕ ਹੈ ਜੀ ਤੇ ਉਹਦੇ ਨਾਲ ਕੀ ਆ ਵੀ ਪਸ਼ੂ ਗਰਮੀ ਦੇ ਵਿੱਚ ਆਰਾਮ ਨਾਲ ਕੱਚੀ ਜਗ੍ਹਾ ਸੁਖਾਲਾ ਮਹਿਸੂਸ ਕਰੇਗਾ ਸੁਖਾਲਾ ਮਹਿਸੂਸ ਕਰੇਗਾ ਅચ્છਾ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਵੀ ਜਿਹਦੇ ਜਦੋਂ ਮਾੜੇ ਪ੍ਰਭਾਵ ਪੈਂਦੇ ਆ ਤੁਸੀਂ ਕਿਹਾ ਵੀ ਇਹ ਆਪਣਾ ਅ ਪਠਾਕਟਾ ਲੈਂਦਾ ਇਹਨਾਂ ਦੁੱਧ ਸੋਕ ਜਾਂਦਾ ਇੱਕ ਤੁਸੀਂ ਖਾਸ ਤੌਰ ਤੇ ਗੱਲ ਕੀਤੀ ਹੈ ਗਰਭ ਧਾਰਨ ਦੀ ਵੀ ਉਹਦੀ ਵੀ ਸਮੱਸਿਆ ਆਉਂਦੀ ਆਉਂਦੀ ਹੈ ਨਾ ਆਉਂਦੀ ਹੈ ਤੇ ਫਿਰ ਇਹ ਗਰਮੀਆਂ ਦੇ ਮੌਸਮ ਚ ਅਸੀਂ ਜਿਹੜਾ ਇਹਦਾ ਇਹ ਇਹਦਾ ਕੀ ਪ੍ਰਬੰਧ ਕਰਨਾ ਹੈ ਇਹਦੇ ਬਾਰੇ ਆਪਾਂ ਕਿਵੇਂ ਪਤਾ ਲਾਣਾ ਹੈ ਤੇ ਕੀ ਕੀ ਪ੍ਰਬੰਧ ਕਰਨੇ ਪੈਣਗੇ ਦੇਖੋ ਗਰਮੀਆਂ ਦੇ ਵਿੱਚ ਕਾਫੀ ਵੱਡੀ ਸਮੱਸਿਆ ਹੈਗੀ ਇਹੇ ਦੀ ਜੀ ਆਪਾਂ ਜੇ ਪਸ਼ੂਆਂ ਤੋਂ ਪੂਰੀ ਆਮਦਨ ਲੈਣੀ ਹੈ ਆਪਾਂ ਨੂੰ ਸਾਰੇ ਪਸ਼ੂ ਇੱਕ ਵਾਰੀ ਸਾਲ ਦੇ ਵਿੱਚ ਸੋਉਣੇ ਪੈਣੇ ਆ। ਹੂੰ ਬਿਲਕੁਲ ਠੀਕ ਹੈ ਬਿਲਕੁਲ ਫੇਰ ਹੀ ਆਪਾਂ ਉਹਦੇ ਚੋਂ ਆਮਦਨ ਲੈ ਸਕਦੇ ਹਾਂ। ਬਿਲਕੁਲ ਸਹੀ ਹੈ। ਪਰ ਉਹ ਤਾਂ ਹੀ ਪੋਸੀਬਲ ਹੈਗਾ ਜੇ ਪਸ਼ੂ ਦੇ ਸੂਣ ਤੋਂ 2 ਮਹੀਨਿਆਂ ਤੋਂ ਲੈ ਕੇ 3 ਮਹੀਨਿਆਂ ਦੇ ਵਿੱਚ ਵਿੱਚ ਉਹ ਹੀਟ ਚ ਆਵੇ, ਹੀਟ ਚ ਆਵੇ ਔਰ ਗਰਭ ਧਾਰਨ ਕਰੇ। ਨਵੇਂ ਦੁੱਧ ਕਰਾਈ। ਨਵੇਂ ਦੁੱਧ ਹੋਵੇ ਉਹ। ਜੀ ਜੀ। 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ। ਫੇਰ ਹੀ ਆਪਾਂ ਨੂੰ ਸਾਰੇ ਸਾਲ ਜਿਹੜਾ ਹੈਗਾ ਉਹ ਪਸ਼ੂ ਲਗਾਤਾਰ ਸੂਂਦੇ ਆ। ਜੀ। ਪਰ ਉਹਦੇ ਵਿੱਚ ਗਰਮੀਆਂ ਵੀ ਆਉਂਦੀਆਂ ਨੇ ਦੇਖੋ ਤਿੰਨ ਚਾਰ ਮਹੀਨੇ ਗਰਮੀ ਦੇ ਵਿੱਚ ਕੀ ਆ ਪਸ਼ੂ ਜਿਹੜਾ ਹੈਗਾ ਜਿਹੜੀ ਉਹਦੀ ਹੀਟ ਹੈਗੀ ਆ ਉਹ ਡਿਪਰੈਸਡ ਹੋ ਜਾਂਦੀ ਮਤਲਬ ਮੱਧਮ ਪੈ ਜਾਂਦੀ ਹੈ ਗਰਮੀ ਦੇ ਕਾਰਨ ਅੱਛਾ 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 ਤਾਂ ਉਹਦੀ ਆਪਾਂ ਕੀ ਕਰਦੇ ਆਂ ਆਪਾਂ ਸਰਦੀਆਂ ਦੀ ਤਰ੍ਹਾਂ ਹੀ ਰੱਖਦੇ ਆਂ ਵੀ ਪਸ਼ੂ ਬੋਲੂਗਾ ਸਾਨੂੰ ਦੱਸੂਗਾ ਫਿਰ ਅਸੀਂ ਉਹਦੇ ਟੀਕਾ ਲਵਾਵਾਂਗੇ ਆਪਾਂ ਮਤਲਬ ਸਰਦੀ ਦੀ ਤਰ੍ਹਾਂ ਉਹਨਾਂ ਤੋਂ ਆਸ ਰੱਖਦੇ ਆਂ ਵੀ ਸਾਨੂੰ ਇਹ ਦੱਸੇ ਪਰ ਗਰਮੀ ਦੇ ਵਿੱਚ ਆਪਾਂ ਨੂੰ ਖੁਦ ਨੂੰ ਉਹਦੀ ਪਛਾਣ ਕਰਨੀ ਪੈਣੀ ਆ ਅੱਛਾ ਤਾਂ ਆਪਾਂ ਸਵੇਰ ਸ਼ਾਮ ਠੰਡੇ ਮੌਸਮ 'ਚ ਠੰਡੇ ਟਾਈਮ 'ਚ ਆਪਾਂ ਸਵੇਰ ਸ਼ਾਮ ਘੇੜਾ ਮਾਰੋ ਦੇਖੋ ਵੀ ਕਿਹੜਾ ਪਸ਼ੂ ਸਾਡਾ ਜਿਹੜਾ ਹੈਗਾ ਹੀਟ 'ਚ ਆਉਂਦਾ ਤਾਰਾ ਛੱਡਦਾ ਕਿ ਤਾਰਾ ਛੱਡਦਾ ਕਿਹੜੇ ਪਸ਼ੂ ਮਤਲਬ ਤਾਰ ਉਹਦੇ ਸਰੀਰ ਨਾਲ ਲੱਗੀ ਹੋਣੀ ਚਾਹੀਦੀ ਹੈ ਜਾਂ ਕਿਸੇ ਧਰਤੀ ਤੇ ਕੋਈ ਤਾਰ ਪਈ ਹੋਵੇ ਜਾਂ ਉਹ ਡੋਕੇ ਕਰੇ ਜਾਂ ਉਹ ਦੁੱਧ ਘਟਾਵੇ ਠੀਕ ਆ ਉਹਦੀ ਸੂਹ ਜਿਹੜੀ ਹੈਗੀ ਉਹ ਵੀ ਸੋਜ ਆ ਜਾਂਦਾ ਉਹਦੇ ਉੱਪਰ ਵੀ ਤਾਂ ਇਹ ਨਿਸ਼ਾਨੀਆਂ ਜਿਹੜੀ ਆ ਜੀ ਆਪਾਂ ਨੂੰ ਪਸ਼ੂ 'ਚ ਕੋਈ ਵੀ ਨਿਸ਼ਾਨੀ ਮਿਲਦੀ ਆ ਤਾਂ ਫਿਰ ਆਪਾਂ ਮਤਲਬ ਉਸ ਪਸ਼ੂ ਨੂੰ ਉਸ ਟਾਈਮ ਤੋਂ 12 ਘੰਟੇ ਬਾਅਦ ਦੁਬਾਰਾ ਟੀਕਾ ਲਵਾਉਣਾ ਈ.ਆਈ ਦਾ ਹੂੰ ਜੇ ਸ਼ਾਮ ਨੂੰ ਪਸ਼ੂ ਦਾ ਪਤਾ ਲੱਗਦਾ ਤਾਂ ਉਹਦੇ ਸਵੇਰੇ ਟੀਕਾ ਲਵਾਉ। ਹੂੰ ਜੇ ਸਵੇਰੇ ਆਪਾਂ ਨੂੰ ਪਤਾ ਚੱਲਦਾ ਉਹਦਾ ਉਹਦਾ ਸ਼ਾਮ ਨੂੰ ਟੀਕਾ ਲਾ ਲਓ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ ਵੀ ਇਹ ਲਾਮਤਾਂ ਜਿਹੜੀਆਂ ਨੇ ਇਹ ਸਾਨੂੰ ਆਪ ਲੱਭਣੀਆਂ ਪੈਣੀਆਂ ਹੈ ਹੈਨਾ ਸਰਦੀਆਂ ਵਾਂਗੂ ਇਹ ਨਹੀਂ ਕਿ ਆ ਵੀ ਹੁਣ ਸਾਨੂੰ ਪਤਾ ਲੱਗ ਗਿਆ ਇਹ ਪਤਾ ਲਾਣੀਆਂ ਪੈਣੀਆਂ ਹੈ ਗਰਮੀਆਂ ਚ ਇਹ ਬਾਰੇ ਪੈ ਜਾ ਗਰਮੀਆਂ ਚ ਆਪਾਂ ਨੂੰ ਆ ਜਾ ਹਾਂ ਤੇ ਉਸ ਤੋਂ ਬਾਅਦ ਜੇ ਟੀਕਾ ਜਿਹੜੀ ਡੇਟ ਨੂੰ ਆਪਾਂ ਟੀਕਾ ਲਵਾ ਲਿਆ ਉਹ ਡੇਟ ਨੋਟ ਕਰ ਲਓ ਆਪਾਂ ਜੀ ਤੇ ਉਸ ਤੋਂ ਬਾਅਦ 21 ਦਿਨਾਂ ਬਾਅਦ ਆਪਾਂ ਫੇਰ ਉਸੇ ਪਸ਼ੂ ਨੂੰ ਦੇਖਣਾ ਅੱਛਾ ਮਾਲ 1-2 ਦਿਨ ਅੱਗੇ ਪਿੱਛੇ ਕਰਕੇ 21 ਦਿਨ ਦਾ ਸਰਕਲ ਹੁੰਦਾ ਇਹਦਾ ਤੇ ਉਦੋਂ ਉਹਨੂੰ ਚੈੱਕ ਕਰੋ ਵੀ ਦਵਾਰਾ ਪਸ਼ੂ ਹੀਟ ਚ ਤਾਂ ਨਹੀਂ ਆਇਆ ਹੂੰ ਜੇ ਪਸ਼ੂ ਹੀਟ ਚ ਨਹੀਂ ਆਇਆ ਫਿਰ ਸਮਝੋ ਵੀ ਆਪਣਾ ਪਸ਼ੂ ਠਹਿਰ ਗਿਆ ਤੇ ਉਸ ਤੋਂ ਬਾਅਦ ਫਿਰ 2 ਤੋਂ 3 ਮਹੀਨੇ ਬਾਅਦ ਆਪਾਂ ਫਿਰ ਉਹਨੂੰ ਚੈੱਕ ਕਰਨਾ 2-3 ਮਹੀਨੇ ਨੂੰ ਤਾਂ ਉਹ ਪਸ਼ੂ ਤੋਂ ਆਪਾਂ ਗਰਭਦਾਨ ਚੈੱਕ ਕਰੋ ਵੀ ਸਾਡਾ ਪਸ਼ੂ ਜਿਹੜਾ ਹੈਗਾ ਗਰਭ ਠਹਿਰ ਗਿਆ ਤਾਂ ਉਹ ਆਪਾਂ ਮਤਲਬ ਫਿਰ ਆਪਣੂੰ ਤਸੱਲੀ ਹੋ ਜਾਂਦੀ ਵੀ ਜਿਹੜਾ ਸਾਡਾ ਪਸ਼ੂ ਆ ਇਹ ਹੁਣ ਇਸ ਪੂਰਾ ਇਹਦਾ ਜੋ ਹੈਗਾ ਪੂਰਾ ਹੋ ਗਿਆ ਹੋ ਗਿਆ ਸਰ ਅੱਛਾ ਡਾਕਟਰ ਸਾਹਿਬ ਜੇ ਤਾਂ ਗੱਲ ਆਪਾਂ ਕਰਦੇ ਗਰਮੀਆਂ ਦੀਆਂ ਗੱਲਾਂ ਕਰਦੇ ਆ ਆਪਾਂ ਹਨਾ ਗਰਮੀਆਂ ਜੇ ਇੱਕ ਬੜੀ ਸਮੱਸਿਆ ਆਉਂਦੀ ਆ ਉਹ ਕਹਿੰਦੇ ਹੁੰਦੇ ਨਾ ਪੰਜਾਬੀ ਵਿੱਚ ਸਾਵਣ ਮੱਝੀ ਉਹਦੀਆਂ ਜਿਹੜਾ ਹਾਰ ਦਵੇ ਕਢਾ ਕਢਾ ਬਿਲਕੁਲ ਦੇਖੋ ਜੀ ਆਹ ਲਾ ਜੇਠ ਹਾੜਿਆ ਨਾ ਇਹ ਬੜਾ ਦੁਖੀ ਕਰਦਾ ਤੇ ਹਰੇਕ ਸਾਲ ਹੀ ਤਾਂ ਕਰਦਾ ਤੇ ਬੰਦੇ ਨੂੰ ਵੀ ਤੰਗ ਕਰਦਾ ਪਸ਼ੂਆਂ ਨੂੰ ਵੀ ਹਰੇਕ ਸਾਲ ਹੀ ਤਾਂ ਆਉਂਦੇ ਆ ਨਾ ਵੀ ਰੁੱਤਾਂ ਦਾ ਚਰਖਾ ਗਿੜਗਿੜ ਕੇ ਜਦ ਜੇਠ ਹਾੜ ਤੇ ਆਉਂਦਾ ਏ ਆਹ ਤਾਂ ਤਪ ਜਾਂਦੇ ਨੇ ਤੰਦ ਤਕਲੇ ਦੇ ਧਰਤੀ ਨੂੰ ਲਾਂਬੂ ਲਾਉਂਦਾ ਆ ਤੇ ਉਹ ਜਿਹੜਾ ਲਾਂਬੂ ਲੱਗਦਾ ਨਾ ਉਹਦੇ ਚ ਪਸ਼ੂਆਂ ਦੇ ਚਾਰੇ ਦੀ ਬੜੀ ਸਮੱਸਿਆ ਆਉਂਦੀ ਆ ਜਾਂਦੀ ਹੁਣ ਹਰਾ ਚਾਰਾ ਆ ਉਹਨੂੰ ਕਿੱਦਾਂ ਅਸੀਂ ਕਿੱਦਾਂ ਪਰਬੰਧ ਕਰੀਏ ਉਹਦਾ ਉਹ ਥੋੜੇ ਜਿਹਾ ਸਾਨੂੰ ਦੱਸੋ ਵੀ ਹਰੇ ਚਾਰੇ ਦਾ ਕਿਵੇਂ ਕਰੀਏ ਇਹਨਾਂ ਮਹੀਨਿਆਂ ਚ ਦੇਖੋ ਹਰੇ ਚਾਰੇ ਦੀ ਜਿਹੜੀ ਸਮੱਸਿਆ ਇਸ ਮਹੀਨੇ ਚ ਆਉਂਦੀ ਆਉਂਦੀ ਆ ਉਹਦਾ ਕਾਰਨ ਕੀ ਆ ਵੀ ਆਪਣਾ ਜਿਹੜਾ ਸਰਦੀ ਦਾ ਚਾਰਾ ਹੁੰਦਾ ਬਰਸੀਮ ਵਗੈਰਾ ਜੀ ਜੀ ਉਹ ਮਾਰਚ ਜਾਂ ਅਪ੍ਰੈਲ ਮਹੀਨੇ ਦੇ ਵਿੱਚ ਅਪ੍ਰੈਲ ਦੇ ਵਿੱਚ ਉਹਦੀ ਸਮਾਪਤੀ ਹੁੰਦੀ ਆ ਹੁੰਦੀ ਆ ਤੇ ਜਿਹੜੀ ਅਗਲੀ ਸੋਣੀ ਦੇ ਚਾਰੇ ਬੀਜਣ ਆ ਉਹ ਮਈ ਚ ਬੀਜਨੇ ਹੁੰਦੇ ਨੇ ਜਦੋਂ ਆਪਣੀ ਗਾਂ ਪਾ ਜਾਂਦਾ ਵਿੱਚ ਗਾਂ ਪਾ ਜਾਂਦਾ ਆ ਉਹ ਵਿਜਨ ਤੋਂ ਬਾਅਦ ਵੀ ਉਹ ਡੇਢ 2 ਮਹੀਨੇ ਬਾਅਦ ਹੁੰਦੇ ਆ ਹਾਂ ਬਿਲਕੁਲ ਤੇ ਆਪਣੇ ਕੋਲੇ ਮਹੀਨਾ ਡੇਢ ਮਹੀਨੇ ਦਾ ਇਹ ਪਸ਼ੂ ਜਿਹੜਾ ਹਰਾ ਚਾਰਾ ਉਹਦੀ ਸ਼ਾਰਟੇਜ ਘਾਟ ਪੈ ਜਾਂਦੀ ਹੈ ਪੈ ਜਾਂਦੀ ਹੈ ਠੀਕ ਹੈ ਬਿਲਕੁਲ ਬਿਲਕੁਲ ਤਾਂ ਉਸ ਘਾਟ ਨੂੰ ਪੂਰਾ ਕਰਨ ਖਾਤਰ ਆਪਾਂ ਨੂੰ ਥੋੜਾ ਜਿਹਾ ਐਡਵਾਂਸ ਸੂਚਨਾ ਪਊਗਾ گاਉਂ ਪ੍ਰਬੰਧ ਕਰਨਾ ਪਊਗਾ گاਉਂ ਪ੍ਰਬੰਧ ਕਰਨਾ ਪਊਗਾ ਇਹ ਨਾ ਹੁਬੇ ਹੁਣ ਮੌਕੇ ਤੇ ਹਰਾ ਹੈ ਨਹੀਂ ਹੁਣ ਆਪਾਂ ਕੀ ਕਰੀਏ ਹਾਂਜੀ ਠੀਕ ਹੈ ਫਿਰ ਤਾਂ ਆਪਾਂ ਨੂੰ ਦੇਖੋ ਮਹਿੰਗੇ ਦਾਲਾਂ ਖਲਾਂ ਜਾਂ ਦਾਣਾ ਪਾਉਣਾ ਪੈਣਾ ਵੰਡ ਪਾਉਣਾ ਪੈਣਾ ਜਿਹੜਾ ਕਿ ਅੱਜ ਜਿਹੜਾ ਹੈਗਾ ਬਹੁਤ ਕੋਸਟਲੀ ਮਹਿੰਗਾ ਪੈਂਦਾ ਹੈ ਉਹਦੇ ਨਾਲ ਖਰਚਾ ਬੜਾ ਵੱਧ ਗਿਆ ਹੂੰ ਠੀਕ ਹੈ ਜੀ ਤੇ ਆਪਾਂ ਨੂੰ ਉਹਦਾ ਆਰਥਿਕ ਨੁਕਸਾਨ ਹੁੰਦਾ ਤੇ ਆਪਾਂ ਜੇ ਇਹੀ ਚੀਜ਼ ਆਪਣੇ ਕੋਲੇ ਇੱਕ ਟਾਈਮ ਇਹ ਇਹ ਜਾ ਹੁੰਦਾ ਜਦੋਂ ਕਿ ਚਾਰਾ ਆਪਣੇ ਕੋਲ ਫालतू ਹੋ ਜਾਂਦਾ ਹੂੰ ਮਾਰਚ ਮਹੀਨਾ ਜਦੋਂ ਹੁੰਦਾ ਬਰਸੀਮ ਦਾ ਹਾਂਜੀ ਉਸ ਟਾਈਮ 'ਚ ਮੌਸਮ ਜਿਹੜਾ ਹੈਗਾ ਉਹ ਬੜਾ ਵਧੀਆ ਨਾ ਗਰਮ ਹੁੰਦਾ ਨਾ ਠੰਡਾ ਹੁੰਦਾ ਉਦੋਂ ਜਿਹੜੀ ਹਰੇ-ਚਾਰੇ ਦੀ ਪੈਦਾਵਾਰ ਆ ਬਰਸੀਮ ਦੀ ਵਧ ਜਾਂਦੀ ਉਹ ਵਧ ਜਾਂਦੀ ਆ ਤੇ ਉਹ ਵਧਣ ਦੇ ਕਾਰਨ ਆਪਾਂ ਉਸ ਨੂੰ ਜਿੰਨਾ ਕ ਆਪਣੇ ਕੋਲੇ ਫਾਲਤੂ ਹਰਾਚਾਰਾ ਹੈਗਾ ਉਸ ਦੀ ਕਟਾਈ ਕਰ ਲੋ ਆਪਾਂ ਹਾਂ ਅੱਛਾ ਤੇ ਕਟਾਈ ਕਰਨ ਉਹਨੂੰ ਆਪਾਂ ਹੀ ਮੇਕਿੰਗ ਕਹਨੇ ਆ ਇਹ ਫਲੀਦਾਰ ਚਾਰੇ ਤੋਂ ਬਣਦਾ ਹਾਂ ਤੇ ਉਹਦੀ ਕਟਾਈ ਕਰ ਲੋ ਕਟਾਈ ਕਰਕੇ ਉਸ ਨੂੰ ਛੋਟੇ ਛੋਟੇ ਰੁਗਾਂ ਚ ਹੀ ਪਿਆ ਰਹਿਣ ਦਿਓ ਅੱਛਾ ਦੋ ਤੋਂ ਤਿੰਨ ਦਿਨ ਅੱਛਾ ਇਕੱਠਾ ਨਹੀਂ ਕਰਨਾ ਹਾਂ ਹਾਂ ਦੋ ਤਿੰਨ ਦਿਨ ਉਸ ਨੂੰ ਅੱਧਾ ਸੁੱਕ ਲੈਣ ਦਿਓ ਅੱਛਾ ਜੀ ਜਦੋਂ ਉਹ ਚ ਮੋਇਸਚਰ ਅੱਧਾ ਘਟ ਜੂਗਾ ਨਮੀ ਘਟ ਜੇਗੀ ਨਮੀ ਘਟ ਜੂਗੀ ਤਾਂ ਉਹਨੂੰ ਤੁਸੀਂ ਤੀਜੇ ਜਾਂ ਚੌਥੇ ਦਿਨ ਉਹਦਾ ਕੁਤਰਾ ਕਰ ਲਓ ਟੋਕਾ ਮਸ਼ੀਨ ਜੀ ਤੇ ਮਸ਼ੀਨ ਦੀ ਉਹਦੀ ਜੇ ਇੱਕ ਚਾਲ ਆਪਾਂ ਮੋਟੀ ਕਰ ਲਈ ਤਾਂ ਉਹਦਾ ਹੋਰ ਵੀ ਫਾਇਦਾ ਹੋ ਜਾਂਦਾ ਅੱਛਾ ਥੋੜਾ ਜਿਹਾ ਮੋਟੀ ਚਾਲ ਦਾ ਤੇ ਉਹਦੇ ਨਾਲ ਕੀ ਹੋਏਗਾ ਕਿ ਉਸ ਤੋਂ ਬਾਅਦ ਆਪਾਂ ਦੋ ਤੋਂ ਤਿੰਨ ਦਿਨ ਫੇਰ ਸੁਕਾਉਣਾ ਉਹ ਉਸ ਤੋਂ ਬਾਅਦ ਕੁਤਰਾ ਕਰਕੇ ਕੁਤਰੇ ਕਰਨ ਤੋਂ ਬਾਅਦ ਵੀ ਠੀਕ ਹੈ ਤੇ 19 ਦਿਨ ਉਹਨੂੰ ਸੁਕਾਉਣਾ ਜਿੰਨੀ ਦੇਰ ਉਹ ਆਪਣਾ ਭੁਰਨ ਨਾਲ ਲੱਗ ਜੇ ਅਕੇ ਉਹ ਤੇ ਹੱਥ ਨਾਲ ਕਰਕੇ ਵੀ ਲੈਣਾ ਨਾਲ ਕਰਕੇ ਦੇਖ ਲਓ ਜਦੋਂ ਭੁਰਨ ਲੱਗ ਗਿਆ ਸਮਝੋ ਵੀ ਆਪਣਾ ਜਿਹੜਾ ਹੇ ਹੈਗਾ ਇਹ ਤਿਆਰ ਹੋ ਗਿਆ ਤਿਆਰ ਜੀ ਜੀ ਠੀਕ ਹੈ ਜੀ ਉਸੇ ਨੂੰ ਆਪਾਂ ਇਕੱਠਾ ਕਰਕੇ ਆਪਣਾ ਸਟੋਰ ਕਰ ਲਓ ਅੱਛਾ ਅੱਛਾ ਗੁਣਵੱਤਾ ਜਿੱਤੇ ਨਹੀਂ ਫਰਕ ਨਹੀਂ ਪੈਂਦਾ ਨਹੀਂ ਭਾਈ ਸਾਹਿਬ ਸਿਰਫ ਉਹਦੇ ਵਿੱਚ ਕੀ ਹੋਇਆ ਕਹਿੰਦਾ ਮੋਇਸਚਰ ਸੁੱਕਿਆ ਅੱਛਾ ਅੱਛਾ ਬਾਕੀ ਉਹਦੇ ਵਿੱਚ ਸਾਰੀ ਪਾਵਰ ਤਾਕਤ ਉਸੇ ਤਰ੍ਹਾਂ ਹੀ ਆ ਜ਼ਿਆਦਾ ਹੋ ਗਈ ਹੁੰਦਾ ਹੀ ਆ ਜ਼ਿਆਦਾ ਹੋ ਗਈ ਅੱਛਾ ਪਹਿਲਾਂ ਦੇ ਨਾਲੋਂ ਵੀ ਇਹ ਵੈਟਰਨਰੀ ਯੂਨੀਵਰਸਿਟੀ ਨੇ ਰਿਸਰਚ ਕਰਕੇ ਪ੍ਰਮਾਣਿਤ ਕੀਤਾ ਅੱਛਾ ਕੇ 1.5 ਕਿਲੋ ਆਪਣਾ ਇਹ ਜੋ ਹੇ ਬਣਾਇਆ ਮਤਲਬ ਆਪਣਾ 1.5 ਕਿਲੋ ਹੇ ਆ ਇਹ 1 ਕਿਲੋ ਵੰਡ ਦੇ ਬਰਾਬਰ ਆ ਇਹ ਬੋਲੇ 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 ਇਹ ਤੇ ਪੂਰੀ ਬਾਲ ਗੱਲ ਬਿਲਕੁਲ ਮਤਲਬ ਇਹ ਚ ਪਾਵਰ ਕਿਉਂ ਮੋਇਸ ਪਾਣੀ ਘਟ ਗਿਆ ਇਹਦੇ ਵਿੱਚ ਬਾਕੀ ਤਾਂ ਸਾਰੇ ਤੱਤ ਉਸੇ ਤਰ੍ਹਾਂ ਹੀ ਰਹਿੰਦੇ ਆ ਦੇ ਵਿੱਚ ਠੀਕ 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 ਤੇ ਪਾਣੀ ਹੋਂ ਪਿਆ ਦਿਓ ਪਾਣੀ ਉਧਾ ਪਲਾ ਦਿਓ ਪਾਣੀ ਇੱਧਾ ਪਲਾ ਦਿਓ ਤੇ ਇਹ ਮਤਲਬ ਆਪਾਂ ਨੂੰ ਉਸ ਟਾਈਮ ਤੇ ਜਿਹੜਾ ਆਪਣਾ ਬਰਸੀਮ ਖਰਾਬ ਹੋ ਰਿਹਾ ਸੀਗਾ ਹਾਂਜੀ ਹਾਂਜੀ ਇੱਕ ਦੇ ਉਹ ਸਾਹਬ ਆ ਗਿਆ ਖਰਾਬ ਨਹੀਂ ਹੋਇਆ ਦੂਜਾ ਸਾਡੇ ਕੰਮ ਆ ਸਾਡੇ ਕੰਮ ਆ ਗਿਆ ਹਾਂ ਠੀਕ ਹੈ ਇੱਕ ਤਾਂ ਆਪਾਂ ਇਹ ਵਿਉਂਤਬੰਦੀ ਕਰ ਸਕਦੇ ਹਾਂ ਠੀਕ ਹੈ ਜੀ ਦੂਸਰੀ ਵਿਉਂਤਬੰਦੀ ਕੀ ਆ ਕਿ ਆਪਾਂ ਸਾਈਲੇਜ ਬਣਾ ਸਕਦੇ ਹਾਂ ਅੱਛਾ ਸਾਈਲੇਜ ਜਿਹੜਾ ਬਣਦਾ ਇਹ ਛਿੱਟੇਦਾਰ ਫਸਲ ਦਾ ਬਣਦਾ ਹੈ ਬਿਲਕੁਲ ਜੀ ਛਿੱਟੇਦਾਰ ਫਸਲਾਂ ਚ ਆਪਣੀ ਮੱਕੀ, ਜਵਾਰ, ਬਾਜਰਾ ਜੀ ਕਣਕ, ਜੋ, ਜਵੀ ਜੀ ਇਹ ਛੇ ਫਸਲ ਆ ਜਾਂਦੀਆਂ ਨੇ ਜਿਹੜੀਆਂ ਛਿੱਟੇਦਾਰ ਨੇ ਇਹਨਾਂ ਤੋਂ ਆਪਾਂ ਕਿਸੇ ਦਾ ਵੀ ਸਾਈਲੇਜ ਬਣਾ ਸਕਦੇ ਹਾਂ ਬਣਾ ਸਕਦੇ ਹਾਂ ਤੇ ਇਹਦੇ ਖਤਰ ਆਪਨੂੰ ਵੀ ਵਿਉਂਤਬੰਦੀ ਉਹੀ ਪਹਿਲਾਂ ਸੋਚਣਾ ਪੈਣਾ ਜਿਵੇਂ ਆਪਣੇ ਕੋਲ ਇੱਕ ਕਣਕ ਵੱਢੀ ਗਈ ਕਣਕ ਵੱਢ ਤੇ ਅੱਗੇ ਝੋਨਾ ਲੱਗਣਾ ਇਹਦੇ ਵਿੱਚ ਜਿਹੜੀ ਆਪਣੀ ਜ਼ਮੀਨ ਹੈਗੇ ਉਹ 2 ਤੋਂ 2.5 ਮਹੀਨੇ ਵਿਲਾ ਰਹੇ ਲਾ ਰਹੇ ਹਾਂ ਤੇ ਜਿਹੜੀ ਆਲੂ ਵਾਲੀ ਫਸਲ ਆ ਉਹ ਇਸ ਤੋਂ ਵੀ 1 ਮਹੀਨਾ ਪਹਿਲਾਂ ਆਲੂ ਪੁੱਟਿਆ ਜਾਂਦਾ ਕਣਕ ਤੋਂ ਪਹਿਲਾਂ ਜੀ ਉੱਥੇ ਤੋਂ 3.5 ਮਹੀਨੇ ਦਾ ਗੈਪ ਮਿਲ ਜਾਂਦਾ ਹਾਂ ਤੇ ਇਸੇ ਤਰ੍ਹਾਂ ਸਰੋਂ ਵਾਲੀ ਜਗ੍ਹਾ ਵੀ ਆਪਾਂ ਨੂੰ ਗੈਪ ਮਿਲਦਾ ਠੀਕ ਹੈ ਜੀ ਆਪਣੇ ਕੋਲ ਜੇ ਜਵੀ ਆ ਜਵੀ ਵਾਲੀ ਜਗ੍ਹਾ 'ਚ ਵੀ ਗੈਪ ਮਿਲੂਗਾ ਤਾਂ ਇਹ ਸਾਰੀਆਂ ਫਸਲਾਂ ਦੀ ਕਟਾਈ ਤੋਂ ਬਾਅਦ ਆਪਾਂ ਮੱਕੀ ਦਾ ਬੀਜ ਹੀ ਕਰ ਸਕਦੇ ਆ ਹਾਂ ਬਿਲਕੁਲ ਇਹ ਜਿਹੜੀ ਆਹ ਇਹ ਜਿਹੜੀ ਮੱਕੀ ਜਾਂ ਜਵਾਰ ਹੈਗੀ ਇਹ 65 ਤੋਂ 70 ਦਿਨ ਦੀ ਇਹ ਆਪਣੀ ਆਚਾਰ ਵਾਲੀ ਤਿਆਰ ਹੋ ਜਾਂਦੀ ਹੈ ਇਹ ਹੂੰ ਤੇ ਡਾਕਟਰ ਸਾਹਿਬ ਇਹ ਕਹ ਲਿਆ ਵੀ ਇਹ ਕਈ ਵਾਰੀ ਹੁੰਦਾ ਵੀ ਆਪਾਂ ਉਹਨਾਂ ਗੱਲਾਂ ਬਾਤਾਂ ਕਰਦੇ ਪਏ ਸਾਰੀਆਂ ਗੱਲਾਂ ਪੂਰੀਆਂ ਨਹੀਂ ਵੀ ਹੁੰਦੀ। ਜੇ ਅਸੀਂ ਹੋਰ ਜਾਣਕਾਰੀ ਲੈਣੀ ਹੋਵੇ ਤੇ ਇਹ ਤੁਹਾਡੇ ਅਦਾਰੇ ਚ ਆ ਕੇ ਅਸੀਂ ਸਾਰਾ ਕੁਝ ਪਤਾ ਕਰ ਸਕਦੇ ਹਾਂ। ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਡਾਇਰੈਕਟਰ ਡੇਰੀ ਵਿਕਾਸ ਵਿਭਾਗ ਦੇ ਦਫ਼ਤਰ ਨੇ। ਉੱਥੇ ਆ ਕੇ ਕਦੇ ਵੀ ਕੋਈ ਵੀ ਆ ਕੇ ਸਾਡੇ ਕੋਲ ਨੂੰ ਸਮੱਸਿਆ ਹੋਵੇ ਤੇ ਅਸੀਂ ਉਹਦਾ ਹੱਲ ਹੋਵੇ ਕਿਸੇ ਕਿਸਮ ਦਾ ਕੁਝ ਵੀ ਹੋਵੇ ਆ ਪੁੱਛ ਆ ਕੇ ਪੁੱਛ ਸਕਦਾ ਉਹ। ਬਿਲਕੁਲ ਲਓ ਜੀ ਫਿਰ ਅੱਜ ਅਸੀਂ ਗੱਲਬਾਤ ਕੀਤੀ ਆ ਖਾਸ ਕਰਕੇ ਮੌਸਮ ਦੀ ਯਾ ਮੌਸਮ ਦੀ ਪਛਮਾਨੀ ਸੰਭਾਲ ਆਪਣੀ ਚੰਬਾਲ ਤੇ ਮੌਸਮ ਦੇ ਬਾਰੇ ਫਿਰ ਮਹਿਕਮਾ ਮੌਸਮ ਵਾਲਿਆਂ ਨੇ ਖਬਰ ਭੇਜੀ ਆ ਭੇਜਤਾ ਹਾਂ ਚਲੋ ਸੁਣਾਓ ਫੇ ਆ ਤਾਪਮਾਨ ਜਿਹੜਾ ਜੀ ਆਪਣਾ ਜਲੰਧਰ ਵੱਧ ਤੋਂ ਵੱਧ 41.8 ਡਿਗਰੀ ਸੈਲਸੀਅਸ ਰਿਹਾ ਅੱਛਾ ਤੇ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਜੀ ਗੁਰਦਾਸਪੁਰ ਚ 42.9 ਡਿਗਰੀ ਤੇ ਘੱਟ ਤੋਂ ਘੱਟ 25.2 ਡਿਗਰੀ ਆ ਚੰਡੀਗੜ੍ਹ ਚ ਵੱਤੋ ਵਾਦ ਰਿਹਾ ਜੀ 44 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 27.5 ਅੱਛਾ ਪਟਿਆਲਾ ਚ 42.1 ਤੇ 26.9 ਅੰਮ੍ਰਿਤਸਰ ਚ ਵੱਤੋ ਵਾਦ 42.6 ਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਜੀ ਬਠਿੰਡਾ ਚ ਵੱਤੋ ਵਾਦ 42 ਤੇ ਘੱਟ ਤੋਂ ਘੱਟ 26.9 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਇਹ ਰਿਹਾ ਤੇ ਆਂਦੇ ਆ ਵੀ ਆਉਣ ਵਾਲੇ 24 ਘੰਟਿਆਂ ਚ ਮੌਸਮ ਜਿਹੜਾ ਜੀ ਇਹ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਠੀਕ ਹੈ। ਬਾਕੀ ਗਰਮੀ ਤੇ ਵਧਣੀ ਹੈ। ਇਹਦੇ 'ਚ ਅਸੀਂ ਧਿਆਨ ਸਾਰੀਆਂ ਚੀਜ਼ਾਂ ਦਾ ਖਰਚ ਰੱਖਦੇ ਹਾਂ। ਬਿਲਕੁਲ। ਕਿਸਾਨ ਵੀਰੋ ਦੇ ਭੈਣੋ ਤੁਸੀਂ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਖਤ ਲਿਖ ਸਕਦੇ ਆਂ। ਤੁਸੀਂ ਸਾਨੂੰ ਈਮੇਲ ਕਰ ਸਕਦੇ ਆਂ। ਖਤ ਲਿਖਣ ਲਈ ਸਾਡਾ ਜਿਹੜਾ ਪਤਾ ਹੈ ਉਹ ਨੋਟ ਕਰ ਲਓ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ महावीर ਮਾਰਗ ਜਲੰਧਰ 3144061 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਬਸ ਥੋੜਾ ਜਿਹਾ ਧਿਆਨ ਰੱਖੋ ਕਿਉਂਕਿ ਕਰੋਨਾ ਜੋ ਹੈ ਕੋਵਿਡ ਜਿਹਨੂੰ ਅਸੀਂ ਕਹਿੰਨੇ ਆ ਇਹ ਚਲੇ ਤੇ ਗਿਆ ਪਰ ਪੂਰੀ ਤਰ੍ਹਾਂ ਨਹੀਂ ਗਿਆ ਇਸ ਕਰਕੇ ਅਜੇ ਵੀ ਸਾਨੂੰ ਇhtiyat ਵਰਤਨ ਦੀ ਪੂਰੀ ਲੋੜ ਹੈ ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਕੋਵਿਡ ਦੀ ਉਹ ਜ਼ਰੂਰ ਲਵਾ ਲਓ ਤੇ ਜਿਨ੍ਹਾਂ ਨੇ ਦੋ ਡੋਜ਼ ਲਵਾ ਲਈਆਂ ਨੇ ਜੇ ਉਹਨਾਂ ਦੇ ਉਹ 90 ਦਿਨ ਪੂਰੇ ਹੋ ਗਏ ਆ ਬੂਸਟਰ ਡੋਜ਼ ਲਵਾਉਣ ਲਈ ਤੇ ਉਹ ਬੂਸਟਰ ਡੋਜ਼ ਜਿਹੜੀ ਆ ਉਹ ਜਾ ਕੇ ਜ਼ਰੂਰ ਲਵਾਓ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਡੀਡੀ ਪੰਜਾਬੀ ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੀ